ਮੈਂ ادب ਸਤਕਾਰ ਸਹਿਤ ਬੇਨਤੀ ਕਰਾਂਗਾ ਸਤਕਾਰਯੋਗ ਗਿਆਨੀ ਅਮਨਦੀਪ ਸਿੰਘ ਜੀ ਗ੍ਰੰਥੀ ਸਾਹਿਬਾਨ ਗੁਰਦੁਆਰਾ ਬੰਗਲਾ ਸਾਹਿਬ ਤੋਂ ਆਪ ਸੰਗਤਾਂ પાસે ਪਹੁੰਚ ਚੁੱਕੇ ਹਨ ਦਿਨਾਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਉਹ 8 ਵਜੇ ਤੱਕ ਆਪ ਸੰਗਤਾਂ ਨੂੰ ਗੁਰਮਤ ਵਿਚਾਰਾਂ ਰਾਹੀਂ ਗੁਰ ਇਤਿਹਾਸ ਵਾਲਿਆਂ ਰਾਹੀਂ ਗੁਰ ਚਰਨਾਂ ਨਾਲ ਜੁੜਨਗੇ ਬੜੇ ادب ਪਿਆਰ ਵਿੱਚ ਭਾਉ ਵਿਸਰਵਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਪ੍ਰਾਨ ਮੀਤ ਪਰਮਾਤਮਾ ਪੁਰਖੋਤਮ ਪੂਰਾ ਉਖਨ ਹਾਰ ਪਾਛਾ ਹੈ ਪ੍ਰਤਪਾਲਨ ਊਰਾ ਪਤਿਤ ਉਧਾਰਨ ਪ੍ਰਾਨਪਤ ਸਦ ਸਦਾ ਹਜੂਰਾ ਵਹਿ ਪ੍ਰਗਟਿਓ ਪੁਰਖ ਭਗਵੰਤ ਰੋ ਗੁਰ ਗੋਬਿੰਦ ਸੂਰਾ ਨੰਦ ਬਿਨੋਂਦੀ ਚੋਜੀਆਂ ਸੱਚ ਸੱਚੀ ਵੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਰਾਜਾਨ ਰਾਜ ਭਨਾਨ ਭਾਨ ਦੇਵਾਂ ਦੇਵ ਉਪਮਾ ਮਹਾਨ ਚਵਰ ਸ਼ਤਰ ਤਖਤ ਦੇ ਮਾਲਕ ਦੋਹਾਂ ਜਹਾਨਾਂ ਦੇ ਵਾਲੀ ਵਾਲੀਏ ਕੁਲ ਆਲਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੀ ਹਜ਼ੂਰੀ ਅੰਦਰ ਸੁਭਾਇਮਾਨ ਸੰਗਤ ਜੀ ਬਹੁਤ ਹੀ ਧੰਤਾ ਦੇ ਪਾਤਰ ਪਹਿਲਾਂ ਤਾਂ ਆਪ ਸਭ ਨੂੰ ਜਿੰਨੇ ਵੀ ਸਰੀਰ ਇੱਥੇ ਹਾਜ਼ਰ ਨੇ ਜਿੱਥੇ ਤਕਵਾਜ਼ ਪਹੁੰਚ ਰਹੀ ਹੈ ਸਰਬੰਸਦਾਨੀ ਕਲਗੀਆਂ ਵਾਲੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਅਰਦਾਸ ਕਰੀਏ ਕਿ ਜੋ ਵੀ ਸਤਗੁਰੂ ਜੀ ਆਪਣੇ ਜੀਵਨ ਅੰਦਰ ਪੂਰਨੇ પાਕੇ ਗਏ ਸਾਨੂੰ ਉਹਨਾਂ ਉੱਤੇ ਚੱਲਣ ਦੀ ਜਾਂਚ ਆ ਜਾਏ ਹੁਣੇ ਦਾਸ ਤੋਂ ਪਹਿਲਾਂ ਗੁਰੂ ਕਰਦੇ ਰਾਗੀ ਸਿੰਘਾਂpassੋਂ ਮਨੋਹਰ ਬਾਣੀ ਦੇ ਕੀਰਤਨ ਨਾਲ ਸਾਂਝ ਪਾਈ। ਹੁਣ ਸਮਾਂ ਹੋਇਆ ਆਪ ਜੀ ਦੇ ਨਾਲ ਕੁਝ ਕੋ ਗੁਰਮਤਿ ਇਤਿਹਾਸਕ ਵਿਚਾਰਾਂ ਸਾਂਝੀਆਂ ਕਰਨ ਦਾ। ਆਓ ਵਿਚਾਰਾ ਸ਼ੁਰੂ ਕਰਨ ਤੋਂ ਪਹਿਲਾਂ ਬਖਸ਼ੂ ਦਾਸ ਨੂੰ ਅਸੀਸ ਚੁਕਾਓ। ਸਤਿਗੁਰ ਜੀ ਨੂੰ ਸੇਸ਼ ਗੱਜ ਕੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਦਾਸ ਦੀ ਇੱਕ ਬੇਨਤੀ ਹੈ। ਇਹ ਪ੍ਰਕਾਸ਼ ਦਿਹਾੜਾ ਪੂਰੇ ਸਾਲ ਬਾਅਦ ਆਉਂਦਾ ਹੈ ਤੇ ਕਿਰਪਾ ਕਰਕੇ ਆਪ ਆਪਣੇ ਲੈਵ ਆਪ ਆਪਣਾ ਧਿਆਨ ਆਪ ਆਪਣੀਆਂ ਅੱਖਾਂ ਜਾਂ ਤੇ ਕੇਵਲ ਸਤਿਗੁਰੂ ਜੀ ਪਾਸ ਜਾਂ ਅੱਖਾਂ ਬੰਦ ਕਰਕੇ ਇਹ ਜੋ ਆਵਾਜ਼ ਸਪੀਕਰਾਂ ਚੋਂ ਆ ਰਹੀ ਹੈ ਇਹਨੂੰ ਆਪਾਂ ਕੰਨਾਂ ਦੇ ਨਾਲ ਸੁਣੀਏ ਇਹ ਨਾ ਹੋ ਜਾਈਏ ਵੀ ਆਉਣ ਜਾਣ ਵਾਲੇ ਜਿਨ੍ਹਾਂ ਨੇ ਮੱਥਾ ਟੇਕਿਆ ਆਪਾਂ ਕੇਵਲ ਉਹਨਾਂ ਨੂੰ ਹੀ ਵੇਖਦੇ ਰਹਿ ਜਾਈਏ ਤੇ ਜਿਹੜਾ ਲਾਹਾ ਲੈਣ ਲਾਏ ਸੀ ਜੋ ਪ੍ਰਾਪਤ ਕਰਨ ਆਏ ਸੀ ਜਿਹੜੀ ਚੀਜ਼ ਨੂੰ ਹਾਸਲ ਕਰਨ ਆਏ ਸੀ ਉਹ ਸਾਡੀ ਉਦਾਂ ਦੀ ਉਦਾਂ ਰਹਿ ਜਾਏ ਭਾਈ ਗੁਰਦਾਸ ਜੀ ਨੇ ਇੱਕ ਵੇਦ ਉਚਾਰਨ ਕੀਤਾ ਕਹਿਣ ਲੱਗੇ ਆਵਤ ਹੈ ਜਾ ਕੇ ਭੇਖ ਮੰਗਨ ਭਿਖਾਰੀ ਦੀਨ ਦੇਖਤ ਅਦੀਨੇ ਨਿਰਾਸੋ ਨਾ ਬਿੜਾਰ ਹੈ ਬੈਠਤ ਹੈ ਜਾ ਕੇ ਦਵਾਰ ਆਸਾ ਕੇ ਬਿੜਾਰ ਸੁਆਣ ਅੰਤ ਕਰੁਣਾ ਕੇ ਕੂਰ ਟੂਕ ਤਾਹੇ ਡਾਰ ਹੈ ਪਾਇਨ ਕੀਪਨ ਹੀ ਰਹਿਤ ਪਰ ਹਰੀ ਭਰੀ ਤਾਹੂ ਕਾਹੂ ਕਾਜ ਉਠ ਚਲਤ ਸੇ ਡਾਰ ਹੈ ਇਹ ਇੱਕ ਵੇਦ ਦੀ ਆਪ ਜੀ ਦੇ ਨਾਲ ਸਾਂਝ ਪਾ ਕੇ ਫਿਰ ਸਤਿਗੁਰੇ ਜੀਵਨ ਵੱਲ ਝਾਂਤ ਮਾਰਨੀ ਹੈ ਭਾਈ ਗੁਰਦਾਸ ਜੀ ਫਰਮਾਉਣਾ ਕਰਦੇ ਨੇ ਕਹਿਣ ਲੱਗੇ ਇੱਕ ਘਰ ਦੇ ਬਾਹਰ ਇੱਕ ਗਰੀਬ ਇੱਕ ਮੰਗਣ ਵਾਲਾ ਆਇਆ ਹੁਣ ਉਹ ਗਰੀਬ ਦੇ ਮਨ ਅੰਦਰ ਬੜੀ ਆਸ ਹੈ ਮਨ ਵਿੱਚ ਅੰਦਰ ਬੜੀ ਚਾਹ ਹੈ ਵੀ ਮੈਂ ਇਸ ਘਰ ਤੋਂ ਮੰਗਣ ਆਇਆ ਇਹ ਮੈਂ ਘਰ ਦੇ ਬਾਹਰ ਖਲੋਤਾ ਹਾਂ ਬੜਾ ਸਮਾਂ ਹੋ ਗਿਆ ਉਹਦੇ ਮਨ ਅੰਦਰ ਇਹ ਆਸ ਹੈ ਵੀ ਹੁਣੇ ਕਿਸੇ ਨਾ ਕਿਸੇ ਨੇ ਅੰਦਰੋਂ ਬਾਹਰ ਆਉਣਾ ਹੈ ਤੇ ਮੇਰੀ ਝੋਲੀ ਅੰਦਰ ਜ਼ਰੂਰ ਖੈਰ ਪਾਉਣੀ ਹੈ ਮੇਰੀ ਝੋਲੀ ਅੰਦਰ ਜ਼ਰੂਰ ਕੁਝ ਨਾ ਕੁਝ ਇਹ ਦਾਤ ਪਾਉਣਗੇ ਫਿਰ ਜਦੋਂ ਘਰ ਵਾਲੇ ਬੂਹੇ ਵੱਲ ਵੇਖਦੇ ਆ ਨਾ ਘਰ ਵਾਲੇ ਉਹ ਮੰਗਣ ਵਾਲੇ ਵੱਲ ਵੇਖਦੇ ਨੇ ਫਿਰ ਉਹਨਾਂ ਦੇ ਮਨ ਵਿੱਚ ਆਉਂਦਾ ਵੀ ਬੜੀ ਦੇਰ ਹੋ ਗਈ ਖਲੋਤੇ ਨੂੰ ਕੋਈ ਨਾ ਕੋਈ ਇਹ ਝੋਲੀ ਅੰਦਰ ਪਾ ਦਈਏ ਤਾਂ ਹੀ ਇਹਨੇ ਦਰਵਾਜ਼ੇ ਤੋਂ ਦੂਰ ਉੱਟਣਾ ਹੈ ਤਾਂ ਹੀ ਇਹਨੇ ਪਾਸੇ ਜਾਣਾ ਹੈ ਫਿਰ ਅੰਦਰੋਂ ਆ ਕੇ ਕੋਈ ਨਾ ਕੋਈ ਜਾਂ ਕੁਝ ਪੈਸੇ ਫੜਾ ਜਾਂਦਾ ਹੈ ਜਾਂ ਇੱਕ ਕੌਲੀ ਆਟੇ ਦੀਆਂ ਕੁਝ ਪੁਰਾਣੇ ਕੱਪੜੇ ਉਹਨੂੰ ਦੇ ਦਿੰਦਾ ਹੈ ਵੀ ਸਾਡੇ ਮਗਰੋਂ ਲੱ ਸਾਡੀ ਜਾਨ ਤੋਂ ਅਟ ਪਰ ਉਹ ਭਿਖਾਰੀ ਦੇ ਮਨ ਅੰਦਰ ਘਰ ਵਾਲਿਆਂ ਪ੍ਰਤੀ ਡ੍ਰਿੜ ਵਿਸ਼ਵਾਸ ਹੈ ਡ੍ਰਿੜ ਭਾਵਨਾ ਹੈ ਵੀ ਮੈਂ ਇਹਨਾਂ ਕੋਲੋਂ ਕੁਝ ਮੰਗਣ ਆਇਆ ਤੇ ਕੁਝ ਨਾ ਕੁਝ ਮੈਂ ਇਹਨਾਂ ਕੋ ਲੈ ਕੇ ਜਾਣਾ ਤੇ ਉਹ ਪ੍ਰਾਪਤ ਕਰਕੇ ਵੀ ਜਾਂਦਾ ਹੈ ਦੂਜੀ ਉਦਾਹਰਣ ਵਿੱਚ ਕਹਿਣ ਲੱਗੇ ਬੈਠਤ ਹੈ ਜਾਂਕੇ ਦਵਾਰ ਆਸਾ ਕੇ ਬਿਡਾਰ ਸੁਆਣ ਅੰਤ ਕਰुणा ਕੇ ਕੂਰ ਟੂਕਤਾ ਹੈ ਢਾਰ ਹੈ ਹੁਣ ਕਈਆਂ ਸਜਣਾ ਨੇ ਘਰ ਕੂਕਰ ਪਾਲਿਆ ਹੈ ਉਹਨਾਂ ਦੇ ਆਪਣੇ ਕੂਕਰ ਦੇ ਨਾਲ ਬੜਾ ਪਿਆਰ ਹੈ ਹੁਣ ਇੱਕ مالک ਮੰਜੇ ਤੇ ਬਹਿ ਕੇ ਬੜ ਤੇ ਬਹਿ ਕੇ ਰੋਟੀ ਖਾਂਦਾ ਹੈ ਆਪਣਾ ਪ੍ਰਸ਼ਾਦਾ ਛਕ ਰਿਹਾ ਹੈ ਤੇ ਉਹਦਾ ਜਿਹੜਾ ਵਫਾਦਾਰ ਕੁੱਤਾ ਹੈ ਨਾ ਉਹ ਥੱਲੇ ਬੈਠਾ ਲਗਾਤਾਰ ਆਪਣੀ مالک ਦੀਆਂ ਅੱਖਾਂ ਵਿੱਚ ਵੇਖ ਰਿਹਾ ਹੈ ਲਗਾਤਾਰ ਆਪਣੇ مالک ਦੀਆਂ ਅੱਖਾਂ ਵਿੱਚ ਤੱਕ ਰਿਹਾ ਹੈ ਵੀ ਇੰਨੇ ਹੁਣੇ ਇੱਕ ਬੁਰਕੀ ਤੋੜਨੀ ਹੈ ਤੇ ਮੂੰਹ ਮੇਰੇ ਮੂੰਹ ਵਿੱਚ ਜਰੂਰ ਪਾਉਣੀ ਪਾਉਣੀ ਤੇ ਜਦੋਂ مالک ਆਪਣੇ ਕੁੱਕਰ ਵੱਲ ਵੇਖਦਾ ਹੈ ਨਾ ਮੈਨੂੰ ਵੇਖ ਕੇ ਪੂਛ ਹਿਲਾ ਰਿਹਾ ਹੈ ਮੇਰਾ ਬੜਾ ਵਫਾਦਾਰ ਹੈ ਮੇਰਾ ਬੜਾ ਪਿਆਰਾ ਹੈ ਤੇ ਫਿਰ ਸੰਗਤ ਜੀ ਉਹ ਵੀ ਆਪਣੇ ਖਾਣੇ ਵਿੱਚੋਂ ਇੱਕ ਰੋਟੀ ਤੋੜ ਕੇ ਆਪਣੇ ਕੋਕਰ ਦੇ ਮੂੰਹ ਵਿੱਚ ਪਾਉਂਦਾ ਹੈ ਤੀਜੀ ਉਦਾਹਰਣ ਦੇ ਕੇ ਭਾਈ ਗੁਰਦਾਸ ਜੀ ਕਹਿਣ ਲੱਗੇ ਪਾਇਨ ਕੀ ਪਨ ਹੀ ਰਹਿਤ ਪਰ ਹਰੀ ਭਰੀ ਤਾਹੂ ਕਾਹੂ ਕਾਜ ਉਟ ਛਲਤ ਛਡਾਰ ਹੈ ਹੁਣ ਆਪਾਂ ਸਾਰੇ ਗੁਰਦੁਆਰੇ ਅੰਦਰ ਸਤਿਗੁਰੂ ਦੇ ਦਰਸ਼ਨ ਕਰਨ ਆਏ ਆ ਪਰ ਜੋੜੇ ਆਪਾਂ ਬਾਹਰ ਜੋੜੇ ਘਰ ਅੰਦਰ ਜਮਾ ਕਰਾ ਕੇ ਆਏ ਭਾਈ ਗੁਰਦਾਸ ਜੀ ਕਹਿਣ ਲੱਗੇ ਉਹ ਜੋੜਿਆਂ ਨੂੰ ਵੀ ਆਪਣੇ ਮਾਲਕ ਉੱਤੇ ਪੂਰਾ ਵਿਸ਼ਵਾਸ ਹੈ ਵੀ ਇਹਨੇ ਹੁਣੇ ਅੰਦਰੋਂ ਬਾਹਰ ਆਉਣਾ ਤੇ ਮੈਨੂੰ ਪਾ ਕੇ ਲੈ ਕੇ ਜਾਣਾ ਹੀ ਜਾਣਾ ਇਹਨੇ ਹੁਣੇ ਅੰਦਰੋਂ ਆਉਣਾ ਤੇ ਮੈਨੂੰ ਜ਼ਰੂਰ ਪਾਉਣਾ ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਸਜਣਾ ਜੇ ਤੇਰੀ ਵੀ ਕੋਈ ਆਸ ਤੇਰੇ ਰੱਬ ਪਾਸੋਂ ਹੈ ਜੇ ਤੇਰੀ ਵੀ ਕੋਈ ਮੰਗ ਤੇਰੇ ਮੁਰਸ਼ਿਦ ਪਾਸੋਂ ਹੈ ਤੇ ਇਹ ਨਾ ਹੋਵੇ ਵੀ ਤੂੰ ਆ ਕੇ ਕੇਵਲ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਚਲਾ ਜਾਏ ਨਹੀਂ ਤੇਰੇ ਮਨ ਅੰਦਰ ਵੀ ਉਹ ਕੁੱਕਰ ਵਰਗੀ ਦ੍ਰਿੜ ਭਾਵਨਾ ਉਹ ਭਿਖਾਰੀ ਵਰਗਾ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਤਾਂ ਹੀ ਤੇਰੀ ਝੋਲੀ ਅੰਦਰ ਜ਼ਰੂਰ ਖੈਰ ਪਈ ਤਾਹੀਂ ਤੇਰੀ ਝੋਲੀ ਅੰਦਰ ਜਰੂਰ ਉਹ ਦਾਤ ਪਈਗੀ ਜਿਹੜੀ ਤੂੰ ਲੈਣ ਆਇਆ ਹੈ ਤਾਂ ਹੀ ਤੇਰੀਆਂ ਆਸਾਂ ਪੂਰੀਆਂ ਹੋਣਗੀਆਂ ਤਾਂ ਹੀ ਤੇਰੇ ਦੁੱਖ ਦੂਰ ਹੋਣਗੇ ਇਹ ਦੁੱਖਾਂ ਨੂੰ ਦੂਰ ਕਰਨ ਇਹ ਸ੍ਰਿਸ਼ਟੀ ਦੇ ਪਾਪ ਠਾਉਣ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਜਨਮ ਲਿਆ ਵੈ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ ਪ੍ਰਾਣਮਿਤ ਪਰਮਾਤਮਾ ਪ੍ਰਕੋਤਮ ਪੂਰਾ ਪੋਖਨ ਹਾਰ ਪਾਤਸ਼ਾਹ ਹੈ ਪਰਤਪਾਲਨ ਊਰਾ ਪਤਿਤ ਉਧਾਰਨ ਪ੍ਰਾਣ ਪਦ ਸਦਸਦਾ ਹਜੂਰਾ ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ ਸੰਗਤ ਜੀ ਤਿੰਨ ਪ੍ਰਕਾਰ ਦੇ ਇਨਸਾਨ ਹੁੰਦੇ ਨੇ ਇੱਕ ਉਹ ਇਨਸਾਨ ਹੁੰਦੇ ਜਿਨ੍ਹਾਂ ਨੇ ਜੀਵਨ ਵਿੱਚ ਕੁਝ ਨਹੀਂ ਕਮਾਇਆ ਜੀਵਨ ਵਿੱਚ ਕੁਝ ਵੀ ਹਾਸਲ ਨਹੀਂ ਕੀਤਾ ਪਰ ਉਹਨਾਂ ਦੀ ਜੀਵਨ ਵਿੱਚ ਤਾਂ ਵੀ ਵਾਹ ਵਾਇ ਕਿਉਂਕਿ ਉਹਨਾਂ ਦੇ ਪਿਤਾ ਦਾ ਬੜਾ ਨਾਮ ਸੀ ਕਿਉਂਕਿ ਉਹਨਾਂ ਦਾ ਪਿਤਾ ਬੜਾ ਵੱਡਾ ਵਿਜਜਮਾਨ ਸੀ ਬੜਾ ਵੱਡਾ ਕੋਈ ਤਪਸਵੀ ਸੀ ਕੋਈ ਸਾਧੂ ਸੀ ਉਹਦੇ ਪਿਤਾ ਨੇ ਨਾਮ ਕਮਾਇਆ ਤਾਂ ਕਰਕੇ ਪੁੱਤਰ ਨੂੰ ਨਾਮ ਮਿਲਿਆ ਦੂਜੇ ਉਹ ਹੁੰਦੇ ਨੇ ਜਿਨ੍ਹਾਂ ਨੇ ਆਪ ਨਾਮ ਕਮਾਇਆ ਹੈ ਜਿਹੜੇ ਆਪ ਵੱਡੇ ਬਣਦੇ ਨੇ ਜਿਹੜੇ ਆਪ ਵੱਡੇ ਅਹੁਦਿਆਂ ਤੇ ਪਹੁੰਚਦੇ ਆ ਜਿਨ੍ਹਾਂ ਦਾ ਆਪ ਉਹਨਾਂ ਦੀ ਜ਼ਿੰਦਗੀ ਵਿੱਚ ਸਤਕਾਰ ਹੈ ਲੋਕੀ ਉਹਨਾਂ ਦਾ ਸਤਕਾਰ ਕਰਦੇ ਨੇ ਤਾਂ ਕਰਕੇ ਉਹਨਾਂ ਦੇ ਮਾਤਾ ਪਿਤਾ ਨੂੰ ਉਹਨਾਂ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਹੁਣ ਅੱਜ ਆਪਾਂ ਕਿਸੇ ਨੂੰ ਕਹਿਣਾ ਹੋਵੇ ਵੀ ਆਹ ਬਹੁਤ ਵੱਡਾ ਬੰਦਾ ਹੈ ਉਹ ਵੇਖੋ ਆਹ ਉਹਦਾ ਪਿਓ ਜਾਂਦਾ ਹੈ ਉਹ ਵੇਖੋ ਆਹ ਉਹਦੀ ਮਾਤਾ ਤੁਰੀ ਜਾਂਦੀ ਹੈ ਇਹ ਵਡਿਆਈ ਉਹਦੇ ਮਾਤਾ ਪਿਤਾ ਦੀ ਤਾਂ ਕਰਕੇ ਹੈ ਕਿਉਂਕਿ ਉਹਨਾਂ ਦੇ ਪੁੱਤਰ ਦਾ ਵੱਡਾ ਨਾਮ ਤੀਜੇ ਇਹ ਸੰਸਾਰ ਵਿੱਚ ਉਹ ਲੋਕ ਨਾ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਅੰਦਰ ਕੋਈ ਐਸਾ ਨਾਮ ਕਮਾਇਆ ਨਾ ਹੀ ਉਹਨਾਂ ਦੇ ਵੱਡੇ ਵਡੇਰਿਆਂ ਨੇ ਉਹਨਾਂ ਦੇ ਮਾਤਾ ਪਿਤਾ ਨੇ ਜੀਵਨ ਅੰਦਰ ਕੋਈ ਐਸਾ ਨਾਮ ਕਮਾਇਆ ਪਰ ਜਿਹੜੀ ਉਹਨਾਂ ਦੀ ਆਉਣ ਵਾਲੀ ਸੰਤਾਨ ਹੈ ਜਿਹੜੇ ਉਹਨਾਂ ਦੇ ਆਉਣ ਵਾਲਾ ਬੱਚਾ ਜਿਹੜਾ ਉਹਨਾਂ ਦਾ ਆਉਣ ਵਾਲਾ ਕਰਦਾ ਜੀ ਹੈ ਉਹਨੇ ਐਸੇ ਪੂਰਨੇ ਪਾਉਣੇ ਨੇ ਜਿਦੇ ਕਰਕੇ ਜੁਗਾ ਜੁਗਾਂਤਰਾ ਤੱਕ ਇਸ ਸ੍ਰਿਸ਼ਟੀ ਤੱਕ ਉਹਨਾਂ ਦਾ ਨਾਮ ਰਹਿਣਾ ਐਸੇ ਦੀਨ ਦਿਆਲ ਸਤਿਗੁਰੂ ਧੰਗੁਰ ਤੇਗਵਾਦੁਰ ਸਾਹਿਬ ਜੀ ਦੇ ਜੀਵਨ ਅੰਦਰ ਝਾਤ ਮਾਰੀਏ ਹੁਣੇ ਆਪ ਜੀ ਦੇ ਨਾਲ ਉਦਾਹਰਣ ਪਾਈ ਵੀ ਐਸੇ ਕਿਹੜੇ ਕੰਮ ਕਰਕੇ ਕਿੰਨਾ ਦਾ ਨਾਮ ਹੋਇਆ ਤੇ ਗੁਰਬਾਣੀ ਅੰਦਰ ਫਰਮਾਨ ਆਉਂਦਾ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ ਕੁਲ ਧੰਨ ਧੰਨ ਰਾਮ ਗੁਰਦਾਸ ਸਾਹਿਬ ਜੀ ਦੀ ਧੰਨ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਜੀ ਧੰਨ ਹੋਈ ਕੁਲ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਧੰਨ ਹੋਈ ਕੁਲ ਜੀਵਨ ਅੰਦਰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਧੰਨ ਹੋਈ ਤੇ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਾਰੀ ਆਈ ਐਸੇ ਜੀਵਨ ਅੰਦਰ ਪੂਰਨੇ ਪਾਏ ਐਸੇ ਜੀਵਨ ਅੰਦਰ ਕੰਮ ਕੀਤੇ ਵੇ ਅੱਜ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਤੇ ਰਹਿਣ ਵਾਲੀ ਦੁਨੀਆ ਤੱਕ ਵੀ ਉਹਨਾਂ ਦਾ ਨਾਮ ਇਸ ਦੁਨੀਆ ਵਿੱਚ ਰਹੇ ਜਦੋਂ ਧੰਗੁਰ ਹਰ ਰਾਜ ਸਾਹਿਬ ਜੀ ਨੂੰ ਧੰਗੁਰ ਹਰ ਗੋਬਿੰਦ ਪਾਤਸ਼ਾਹ ਨੇ ਗੁਰਗੱਦੀ ਤੇ ਬਿਠਾਇਆ ਮਾਤਾ ਨਾਨਕੀ ਆਕੇ ਧੰਗੁਰ ਹਰ ਗੋਬਿੰਦ ਪਾਤਸ਼ਾਹ ਅੱਗੇ ਹੱਥ ਜੋੜੇ ਕਹਿਣ ਲੱਗੇ ਸਤਿਗੁਰੂ ਆਪ ਜੀ ਨੂੰ ਹਰ ਰਾਜ ਸਾਹਿਬ ਜੀ ਨੂੰ ਗੁਰਗੱਦੀ ਉੱਤੇ ਬਿਠਾਇਆ ਪਰ ਮੇਰੇ ਮਨ ਅੰਦਰ ਚਿੰਤਾ ਹੈ ਜਿਹੜਾ ਆਪਜੀ ਦਾ ਪੁੱਤਰ ਹੈ ਤੇਗ ਬਹਾਦਰ ਹੈ ਆਪਜੀ ਦੇ ਜਾਣ ਤੋਂ ਬਾਅਦ ਇਹਦਾ ਕੀ ਹੋਏਗਾ ਸਤਿਗੁਰੂ ਨਾ ਤਾਂ ਇਹ ਆਉਣ ਜਾਣ ਵਾਲਿਆਂ ਨਾਲ ਆਪਣੀ ਪਛਾਣ ਕੱਢਦਾ ਹੈ ਨਾ ਤਾਂ ਇਹਦੇ ਆਸ-ਪਾਸ ਵਾਲੇ ਇਲਾਕਿਆਂ ਨਾਲ ਇਹਦੀ ਜਾਣ ਪਛਾਣ ਹੈ ਜਦੋਂ ਸਤਿਗੁਰੂ ਤੁਸੀਂ ਦੀਵਾਨ ਲਾਉਂਦੇ ਇਹ ਆਪਜੀ ਦੇ ਦੀਵਾਨ ਵਿੱਚ ਵੀ ਥੱਲੇ ਮੂੰਹ ਕਰਕੇ ਬੈਠਾ ਰਹਿੰਦਾ ਹੈ ਮੈਨੂੰ ਇਹਦੀ ਚਿੰਤਾ ਬੜੀ ਸਤਾਉਂਦੀ ਹੈ ਵੀ ਆਪ ਜੀ ਦੇ ਜਾਣ ਤੋਂ ਬਾਅਦ ਇਹਦਾ ਕੀ ਹੋਏਗਾ ਧੰਗੁਰ ਹਰ ਗੋਬਿੰਦ ਪਾਤਸ਼ਾਹ ਨੇ ਮਾਤਾ ਜੀ ਨੂੰ ਅੱਗੇ ਬੁਲਾਇਆ ਕਹਿਣ ਲੱਗੇ ਮਾਤਾ ਝੋਲੀ ਅੜ ਜੇ ਤੈਨੂੰ ਆਪਣੇ ਪੁੱਤਰ ਦਾ ਇੰਨਾ ਝੋਰਾ ਖਾ ਰਿਆ ਆਲਾ ਰੁਮਾਲ ਇਹ ਸਮਾਂ ਆਏਗਾ ਰੁਮਾਲ ਆਪਣੇ ਪੁੱਤਰ ਨੂੰ ਦੇ ਦੇਈ ਇੱਕ ਕਟਾਰ ਇੱਕ ਖੰਜਰ ਦਿੱਤਾ ਕਹਿਣ ਲੱਗੇ ਤੇਰੇ ਘਰ ਅੰਦਰ ਪੋਤਾ ਪੈਦਾ ਹੋਏਗਾ ਐਸਾ ਉਹ ਪ੍ਰਤਾਪੀ ਪੈਦਾ ਹੋਏਗਾ ਵੀ ਉਹਨੂੰ ਇੱਕ ਖੰਜਰ ਦਈ ਤੇ ਇੱਕ ਗੁਰਬਾਣੀ ਦੀ ਪੋਥੀ ਦਿੱਤੀ ਕਹਿਣ ਲੱਗੇ ਇਹ ਗੁਰਬਾਣੀ ਦੀ ਪੋਥੀ ਆਪਣੇ ਨੂੰ ਨੂੰ ਦਈ ਜਦੋਂ ਮਾਤਾ ਨਾਨਕੀ ਨੇ ਇਹ ਗੱਲਾਂ ਸੁਣੀਆਂ ਉਹਨਾਂ ਦੇ ਮਨ ਅੰਦਰ ਥੋੜਾ ਚੈਨ ਆਇਆ ਵੀ ਮੇਰੇ ਘਰ ਅੰਦਰ ਵੀ ਪੋਤਾ ਆਏਗਾ ਮੇਰਾ ਵੀ ਇਹ ਤੇਗ ਬਹਾਦਰ ਪੁੱਤਰ ਐਸਾ ਪ੍ਰਤਾਪੀ ਹੋਏਗਾ ਸਤਿਗੁਰੂ ਕਹਿਣ ਲੱਗੇ ਨੇ ਵੀ ਇਹਦਾ ਨਾਮ ਜੁਗਾ ਜੁਗਾਂਤ ਤੱਕ ਰਹੇਗਾ ਮੰਨੂ ਬੜਾ ਸ਼ਾਂਤ ਮਿਲਿਆ ਸਮਾਂ ਬੀਤਿਆ ਧੰਗੁਰ ਤੇਗ ਬਹਾਦਰ ਸਾਹਿਬ ਜੀ ਦਾ ਆਨੰਦ ਕਾਰਜ ਹੋਇਆ ਵਿਆਹ ਹੋਇਆ 1632 ਈਸਵੀ ਵਿੱਚ ਮਾਤਾ ਨੇ ਐਸੀ ਭਗਤੀ ਕੀਤੀ ਸਤਿਗੁਰੂ ਜੀ ਨੇ ਐਸੀ ਭਗਤੀ ਕੀਤੀ ਜੀਵਨਵਿੰਦ ਐਸਾ ਸਹਿਜ ਐਸਾ ਉਹ ਵਰਡ ਪੂਣਾ ਸੀ ਸੰਗਤ ਜੀ ਜੀ ਅੱਜ ਸਾਡੇ ਘਰ ਸਮਾਂ ਬੀਤਣ ਤੋਂ ਬਾਅਦ ਮੁਕਰਰ ਕੀਤਾ ਹੋਇਆ ਸਮਾਂ ਬੀਤਣ ਤੋਂ ਬਾਅਦ ਘਰ ਅੰਦਰ ਔਲਾਦ ਨਾ ਹੋਵੇ ਤੇ ਇੱਕ ਦੂਜੇ ਨੂੰ ਮਿਹਣੇ ਦਿੰਨੇ ਆ ਅਜਿਹਾ ਅੰਦਰ ਨਵੀਂ ਨੋ ਵਿਆਹੀ ਹੋਏ ਆਕੇ ਮਾਤਾ ਕਹਿ ਦਿੰਦੀ ਐ ਵੀ ਤੇਰ ਕੋ ਘਰ ਦਾ ਚਿਰਾਗ ਚਾਹੀਦਾ ਤੇਰ ਕੋ ਘਰ ਦਾ ਵਾਰਿਸ ਚਾਹੀਦਾ ਹੈ ਤੇ ਜਦੋਂ ਸਮਾਂ ਬੀਤਦਾ ਹੈ ਨਾ ਤੇ ਜੇ ਉਹ ਵਾਰਿਸ ਨਾ ਆਏ ਜੇ ਪੁੱਤਰ ਨਾ ਪੈਦਾ ਹੋਏ ਤੇ ਫਿਰ ਇਸ ਜੀਵਨ ਅੰਦਰ ਐਸੇ ਲੋਕ ਨੇ ਵੀ ਲੰਨਤਾ ਪੈਂਦੀ ਨੇ ਪਰ ਧੰਨ ਮਾਤਾ ਗੁਜਰ ਕੌਰ ਧੰਨ ਮਾਤਾ ਗੁਜਰੀ ਐਸਾ ਜਿਗਰਾ ਇਹਨਾਂ ਲੰਮਾ ਸਮੇਂ ਰ ਸਤਗੁਰੂ ਜੀ ਦੀ ਯਾਦ ਵਿੱਚ ਬਤੀਤ ਕੀਤਾ ਇਨਾ ਲੰਮਾ ਸਮੇਰਾ ਉਸ ਅਕਾਲ ਪੁਰਖ ਦਾ ਨਾਮ ਜਪਿਆ ਕੇਵਲ ਇੱਕੋ ਅਰਦਾਸ ਸੀ ਸਤਿਗੁਰੂ ਜੋ ਤੇਰਾ ਪਾਣਾ ਉਹ ਅਸੀਂ ਮੰਨਾਂਗੇ ਪਰਮਾਤਾ ਨਾਨਕੀ ਉਹਨਾਂ ਨੂੰ ਤੇ ਪਤਾ ਸੀ ਨਾ ਜੋ ਧੰਗੁਰ ਹਰਗੋਬਿੰਦ ਪਾਤਸ਼ਾਹ ਨੇ ਬਚਨ ਕੀਤੇ ਸਮਾਂ ਬੀਤਿਆ 1632 ਈਸਵੀ ਸਤੰਗਜੀ ਧੰਗੁਰ ਤੇ ਭਾਦਰ ਸਾਹਿਬ ਜੀ ਦਾ ਵਿਆਹ ਹੋਇਆ ਆਨੰਦ ਕਾਰਜ ਹੋਇਆ ਤੇ ਆ ਘੜੀਆਂ ਆਉਣ ਲੱਗੀਆਂ 22 ਦਸੰਬਰ 1666 ਈਸਵੀ ਅੰਦਰ ਪਟਨਾ ਸਾਹਿਬ ਦੀ ਧਰਤੀ ਤੇ ਅੱਜ ਵਾਲੇ ਦਿਨ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਪ੍ਰਕਾਸ਼ ਹੋਇਆ ਚਾਰੇ ਤਰਫ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਮਾਤਾ ਨਾਨਕੀ ਨੇ ਹੱਥ ਜੋੜ ਕੇ ਉਸ ਅਕਾਲ ਪੁਰਖ ਦਾ ਧੰਨਵਾਦ ਕੀਤਾ ਆਪਣੇ ਪਤੀ ਦੀਆਂ ਉਹ ਗੱਲਾਂ ਯਾਦ ਆ ਗਈਆਂ ਵੀ ਤੇਰੇ ਘਰ ਅੰਦਰ ਉਹ ਪ੍ਰਤਾਪੀ ਯੋਧਾ ਪੈਦਾ ਹੋਣਾ ਹੈ ਜਿਨੇ ਇਸ ਸੰਸਾਰ ਵਿੱਚੋਂ ਬੁਰਾਈ ਨੂੰ ਮਿਟਾਉਣਾ ਹੈ ਤੇ ਅੱਜ ਚਾਰੇ ਪਾਸੇ ਵਧਾਈਆਂ ਮਿਲ ਰਹੀਆਂ ਨੇ ਅੰਦਰੋਂ ਦਾਈ ਨੇ ਆ ਕੇ ਇਹ ਖਬਰ ਸੁਣਾਈ ਚਾਰੇ ਪਾਸੇ ਮਠਾਈਆਂ ਵੰਡੀਆਂ ਜਾ ਰਹੀਆਂ ਤਾਂ ਜਦੋਂ ਸਤਿਗੁਰੂ ਜੀ ਇਸ ਸੰਸਾਰ ਅੰਦਰ ਪ੍ਰਕਾਸ਼ਮਾਨ ਹੋਏ ਵੱਡੇ ਵੱਡੇ ਯੋਧੇ ਤਪਸਵੀ ਫਕੀਰਾਂ ਨੂੰ ਪਤਾ ਲੱਗ ਗਿਆ ਵੀ ਐਸਾ ਇੱਕ ਤਰਕੀ ਤੇ ਚਾਨਣ ਆਇਆ ਹੈ ਜਿਨੇ ਸਾਰਿਆਂ ਨੂੰ ਰੋਸ਼ਨੀ ਦੇਣੀ ਹੈ ਜਿਨੇ ਬੁਰਾਈ ਦਾ ਹਨੇਰਾ ਮਟਾਉਣਾ ਹੈ ਦੂਰ ਬੈਠਾ ਹੋਇਆ ਪੀਖਨਸ਼ਾ ਦੇ ਮਨ ਅੰਦਰ ਆਇਆ ਆਉ ਪਛਮ ਪਾਸੇ ਨਮਾਜ਼ ਨਹੀਂ ਗੁਜ਼ਾਰੇ ਅਜ ਪੂਰਬ ਵਾਸੇ ਨਮਾਜ਼ ਗੁਜ਼ਾਰਨ ਲੱਗੇ ਜਦੋਂ ਚੇਲਿਆਂ ਨੇ ਵੇਖਿਆ ਨਮਾਜ਼ ਗੁਜ਼ਾਰ ਕੇ ਹੱਥ ਜੋੜ ਦਿੱਤੇ ਕਹਿਣ ਲੱਗੇ ਫਕੀਰ ਜੀ ਸਾਈ ਜੀ ਸਾਨੂੰ ਨਹੀਂ ਪਤਾ ਤੁਸੀਂ ਤਾਂ ਸਾਡੇ ਤੋਂ ਜ਼ਿਆਦਾ ਉਸ ਰੱਬ ਦੇ ਨੇੜੇ ਤੁਸੀਂ ਤਾਂ ਰੋਜ਼ਾਨਾ ਪੱਛਮ ਵੱਲ ਮੂੰਹ ਕਰਕੇ ਨਮਾਜ਼ ਗੁਜ਼ਾਰਦੇ ਅੱਜ ਐਸਾ ਕੀ ਹੋ ਗਿਆ ਅੱਜ ਐਸਾ ਕਿਹੜਾ ਦਿਨ ਹੈ ਵੀ ਤੁਸੀਂ ਪੂਰਬ ਵੱਲ ਪਾਸੇ ਕਰਕੇ ਨਮਾਜ਼ ਗੁਜ਼ਾਰ ਰਹੇ ਸਾਨੂੰ ਵੀ ਦੱਸੋ ਅਸੀਂ ਵੀ ਨਮਾਜ਼ ਗੁਜ਼ਾਰੀਏ ਅਸੀਂ ਵੀ ਭਾਗਾ ਵਾਲੇ ਬਣ ਜਾਈਏ ਪੀਖਣ ਸ਼ਾ ਕਹਿਣ ਲੱਗਾ ਅੱਜ ਪਟਨਾ ਦੀ ਧਰਤੀ ਤੇ ਐਸਾ ਉਹ ਪ੍ਰਤਾਪੀ ਯੋਧਾ ਆਇਆ ਜਿਨੇ ਇਸ ਸੰਸਾਰ ਵਿੱਚ ਵੱਡੇ ਵੱਡੇ ਕੰਮ ਕਰਨੇ ਜਿਨ੍ਹਾਂ ਇਸ ਸੰਸਾਰ ਵਿੱਚ ਚੰਨ ਨਾ ਦੇਣਾ ਤੇ ਬੁਰਾਈ ਨੂੰ ਦੂਰ ਕਰਨਾ ਚੇਲਿਆਂ ਨੇ ਜੋਰ ਪਾਇਆ ਕਿ ਲਗਾਵੀ ਐਸਾ ਕਿਹੜਾ ਯੋਧਾ ਪੈਦਾ ਹੋਇਆ ਸਾਨੂੰ ਵੀ ਉਹਦੇ ਦਰਸ਼ਨ ਕਰਾਏ ਜਾਣ ਸਾਨੂੰ ਵੀ ਉਹਦੇ ਦੀਦਾਰ ਕਰਾਏ ਜਾਣ ਅਸੀਂ ਵੀ ਭਾਗਾ ਵਾਲੇ ਬਣ ਜਾਈਏ ਜਿਹਦਾ ਪਤਾ ਸਾਨੂੰ ਹੀ ਨਹੀਂ ਲੱਗਾ ਤੁਹਾਨੂੰ ਲੱਗ ਗਿਆ ਅਸੀਂ ਵੀ ਉਹਨੂੰ ਵੇਖ ਕੇ ਭਾਗਾ ਵਾਲੇ ਬਣ ਜਾਈਏ ਜਦੋਂ ਸਾਰਿਆਂ ਨੇ ਬੇਨਤੀ ਕੀਤੀ ਉਹ ਵੀ ਆਪਣੇ ਇਲਾਕੇ ਤੋਂ ਚੱਲੇ ਜਦੋਂ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਜਦੋਂ ਆਕੇ ਦਰਵਾਜ਼ੇ ਤੇ ਪਹੁੰਚਣਾ ਕੀਤਾ ਸਾਹਮਣੇ ਮਾਮਾ ਕਿਰਪਾਲ ਚੰਦ ਖਲੋਤੇ ਸਨ ਲਿਖਾਰਿਆਂ ਨੇ ਲਿਖਿਆ ਵੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇੱਕ ਮਾਮਾ ਹੋਇਆ ਜਿਨ੍ਹਾਂ ਦਾ ਨਾਮ ਕਿਰਪਾਲ ਚੰਦ ਪਰ ਕਈਆਂ ਨੇ ਦੋ ਦਾ ਜ਼ਿਕਰ ਕੀਤਾ ਹੈ ਇੱਕ ਦਾ ਨਾਮ ਮਿਹਰ ਚੰਦ ਤੇ ਦੂਜੇ ਦਾ ਨਾਮ ਕਿਰਪਾਲ ਚੰਦ ਆਕੇ ਜਦੋਂ ਮੰਮੇ ਨੂੰ ਅਰਜ਼ੋਈ ਕੀਤੀ ਵੀ ਅਸੀਂ ਤਾਂ ਉਹ ਰਬੀ ਰੂ ਦੇ ਦਰਸ਼ਨ ਕਰਨ ਆਏ ਆ ਮਮਾ ਕਿਰਪਾਲ ਚੰਦ ਨੇ ਗੋਦੀ ਵਿੱਚ ਜਦੋਂ ਸਤਿਗੁਰੂ ਗੋਬਿੰਦ ਰਾਏ ਨੂੰ ਚੁੱਕ ਕੇ ਲਿਆਂਦਾ ਦੇਖ ਕੇ ਚਿਹਰਾ ਗਦਗਦ ਉਹ ਨੂਰੀ ਚਿਹਰਾ ਰੇਸ਼ਨਾ ਰੇਸ਼ਨਾ ਜਦੋਂ ਉਹ ਚਿਹਰਾ ਤੱਕਿਆ ਨਾ ਤੇ ਜਦੋਂ ਸਾਰਿਆਂ ਨੇ ਉਹ ਚਿਹਰਾ ਤੱਕਿਆ ਤੇ ਜੀਵਨ ਅੰਦਰ ਇਉਂ ਪਤਿਤ ਹੋਇਆ ਵੀ ਜਿਦੀ ਆਪਾਂ ਰੋਜ਼ ਨਿਮਾਜ਼ ਗੁਰਦਾਰਦੇ ਆ ਜਿਹਨੇ ਆਪਾਂ ਹਾਸਲ ਕਰਨਾ ਚਾਹੁੰਨੇ ਉਹ ਆਨੂੰ ਅੱਜ ਸਾਨੂੰ ਮਿਲ ਗਿਆ ਉਹ ਚੀਜ਼ ਸਾਨੂੰ ਅੱਜ ਪ੍ਰਾਪਤ ਹੋ ਗਈ ਜਿਹੜੀ ਵਸਤੂ ਕਰਕੇ ਆਪਰ ਰੋਜ਼ ਉਸ ਅਕਾਲ ਪੁਰਖ ਨੂੰ ਰੋਜ਼ ਆਪਣੇ ਉਸ মুর্ਸ਼ਿਦ ਨੂੰ ਧਿਆਣਾ ਕਰਦੇ ਆ ਅੱਜ ਸਾਨੂੰ ਉਹ ਚੀਜ਼ ਸਾਡੀ ਝੋਲੀ ਅੰਦਰ ਪੈ ਗਈ ਇਹ ਤਾਂ ਆਪਾਂ ਸੰਸਾਰੀ ਲੋਕਾਂ ਜਿਹੜੇ ਇੱਕ ਦੂਜੇ ਨੂੰ ਵੇਖ ਕੇ ਇੱਕ ਦੂਜੇ ਨਾਲ ਗੱਲਾਂ ਕਰਕੇ ਇੱਕ ਦੂਜੇ ਨੂੰ ਦੱਸਦੇ ਆ ਵੀ ਆ ਤੇਰਾ ਪੁੱਤ ਤਾਂ ਤੇਰੇ ਤੇ ਗਿਆ ਇਹਦੀ ਅੱਖਾਂ ਤੇਰੀ ਮਾਤੇ ਨੇ ਇਹਦਾ ਬੁੱਲ ਨਕ ਇਹਦੇ ਪਿਤਾ ਤੇ ਆ ਪਰ ਜਿਹੜੇ ਵੱਡੇ ਫਕੀਰ ਲੋਕ ਹੁੰਦੇ ਆ ਨਾ ਉਹ ਵੇਖ ਕੇ ਹੀ ਆਪਸ ਵਿੱਚ ਗੱਲਾਂ ਕਰ ਲੈਂਦੇ ਜਦੋਂ ਜਹਨ ਵਿੱਚ ਭੀਖਮ ਸਾਦੇ ਆਇਆ ਵੀ ਐਸਾ ਉਹ ਰੱਬੀ ਰੂਹ ਉਸ ਧਰਤੀ ਤੇ ਪੈਦਾ ਆਏ ਤੇ ਇੱਕ ਪਾਸੇ ਉਹਦੇ ਮਨ ਵਿੱਚ ਖਿਆਲ ਆਉਣ ਲੱਗੇ ਵੀ ਕਿਤੇ ਜਿਹੜੀ ਇਹ ਰੂਹ ਪੈਦਾ ਹੋਈ ਹੈ ਇਹ ਸਾਡੇ ਮੁਸਲਮਾਨਾਂ ਵਿੱਚੋਂ ਹੈ ਕਿ ਹਿੰਦੂ ਵੀਰਾਂ ਵਿੱਚੋਂ ਹੈ ਜਦੋਂ ਇਹ ਸਵਾਲ ਉਹਦੇ ਮਨ ਵਿੱਚ ਆਇਆ ਉਹਨੇ ਨਾਲ ਦੋ ਕੁੱਜੇ ਲਏ ਇੱਕ ਕੁੱਜੇ ਵਿੱਚ ਪਾਣੀ ਭਰਿਆ ਇੱਕ ਕੁੱਜੇ ਵਿੱਚ ਦੁੱਧ ਭਰਿਆ ਤਾਂ ਜਦੋਂ ਦੋਵੇਂ ਕੁੱਜਿਆਂ ਨੂੰ ਸਤਿਗੁਰੂ ਜੀ ਪਾਸ ਕੀਤਾ ਮਾਮਾ ਕਿਰਪਾਲ ਚੰਦ ਵੇਖ ਰਿਹਾ ਮਨ ਵਿੱਚ ਆਇਆ ਵੀ ਲੱਗਦਾ ਇਹਨਾਂ ਦੇ ਕੋਈ ਦਰਸ਼ਨ ਕਰਨ ਦੀ ਕੋਈ ਨਵੀਂ ਵਿਉਤ ਹੈ ਕੋਈ ਇਦਾਂ ਕਰਕੇ ਇਹ ਦਰਸ਼ਨ ਕਰਦੇ ਨੇ ਜਦੋਂ ਕੁੱਜੇ ਅੱਗੇ ਕੀਤੇ ਸਤਿਗੁਰੂ ਜੀ ਨੇ ਪੈਰ ਲਾਇਆ ਕੁੱਜਿਆਂ ਨੂੰ ਢੋਲਿਆ ਇਹ ਭੀਖਮਸ਼ਾ ਉਹ ਕੁੱਜੇ ਵਿੱਚ ਵੇਖਦਾ ਜਾ ਰਿਹਾ ਜਦੋਂ ਦੂਰ ਜਾ ਕੇ ਉਹ ਪਾਣੀ ਤੇ ਦੁੱਧ ਆਪਸ ਵਿੱਚ ਅਪੇਧ ਹੋ ਗਏ ਤੇ ਇਹਨੂੰ ਆਪਣੀ ਗੱਲਾਂ ਦਾ ਜਵਾਬ ਮਿਲ ਗਿਆ ਆਪਣੇ ਚੇਲਿਆਂ ਨੂੰ ਦੱਸਣ ਲੱਗਾ ਕਹਿਣ ਲੱਗਾ ਇਹ ਤਾਂ ਮਾਲਕ ਉਹ ਹੈ ਇਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਇਹ ਤਾਂ ਰੂਹ ਐਸੀ ਹੈ ਨਾ ਇਹ ਮੁਸਲਮਾਨਾਂ ਦੀ ਐ ਨਾ ਇਹ ਹਿੰਦੂਆਂ ਦੀ ਐ ਇਹਦੀ ਐ ਇਹਨਾਂ ਨੇ ਤਾਂ ਸੱਚ ਦਾ ਉਪਦੇਸ਼ ਦੇਣਾ ਹੈ ਇਹਨਾਂ ਨੇ ਸੱਚ ਦੇ ਰਾਹ ਵਿੱਚ ਪਾਉਣਾ ਹੈ ਸਤਗੁਰੂ ਜੀ ਥੋੜੇ ਵੱਡੇ ਹੋਏ ਉਸੇ ਇਲਾਕੇ ਵਿੱਚ ਇੱਕ ਸ਼ਿਵਦਤ ਨਾਮ ਦਾ ਪੜਿਤ ਰਹਿੰਦਾ ਹੈ ਉਮਰ ਕਰੀਬਨ 80-84 ਸਾਲਾਂ ਦੀ ਹੈ ਇਹ ਰੋਜ਼ ਗੰਗਾ ਦੇ ਕਿਨਾਰੇ ਬੈਠ ਕੇ ਆਪਣੇ ਦੇਵੀ-ਦੇਵਤਿਆਂ ਨੂੰ ਪੂਜਨਾ ਕਰਦਾ ਹੈ ਇਹਦੇ ਮਨ ਅੰਦਰ ਚਾਹੇ ਇਹਦੇ ਮਨ ਅੰਦਰ ਉਹ ਸੱਚੀ ਚਾਹੇ ਕਿ ਮੈਨੂੰ ਵੀ ਉਸ ਪਰਮਾਤਮਾ ਦੇ ਦਰਸ਼ਨ ਹੋ ਜਾਣ ਤੇ ਮੈਂ ਵੀ ਇਸ ਪਵਜਲ ਸਾਗਰ ਤੋਂ ਪਾਰ ਉਤਰ ਜਾਵਾਂ ਮੈਂ ਵੀ ਜਿਹੜੇ ਮੁਕਾਮ ਤੱਕ ਪਹੁੰਚਣਾ ਚਾਹਨਾ ਉਸ ਮੁਕਾਮ ਤੱਕ ਮੈਂ ਵੀ ਪਹੁੰਚ ਜਾਵਾਂ ਇੱਕ ਦਿਨ ਨਵਾਂ ਚੜਿਆ ਪੰਡਤ ਸ਼ੇਵ ਦਾ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਉઠਿਆ ਇਸ਼ਨਾਨ ਪਾਣੀ ਕੀਤਾ ਗੰਗਾ ਦੇ ਕਿਨਾਰੇ ਆ ਕੇ ਇਸ ਉਸ ਅਕਾਲ ਪੁਰਖ ਦੀ ਯਾਦ ਵਿੱਚ ਜੁੜਿਆ ਆਪਣੇ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਇਹ ਰਾਮਚੰਦਰ ਦਾ ਬਹੁਤ ਵੱਡਾ ਭਗਤ ਸੀ ਇਹ ਹੋਰ ਦੇਵੀ ਦੇਵਤੀਆਂ ਨੂੰ ਬੜਾ ਤੇ ਹੁੰਦਾ ਸੀ ਇਹਦੇ ਮਨ ਵਿੱਚ ਇਹ ਸੀ ਵੀ ਕਿਤੇ ਨਾ ਕਿਤੇ ਮੈਨੂੰ ਕੋਈ ਐਸੀ ਆਸ ਲੱਭ ਜਾਵੇ ਐਸਾ ਕੋਈ ਉਪਦੇਸ਼ ਐਸਾ ਕੋਈ ਰੋਸ਼ਨ ਚਾਨਣ ਲੱਭ ਜਾਵੇ ਜਿਹਦੇ ਪਿੱਛੇ ਲੱਗ ਕੇ ਮੈਂ ਵੀ ਇਸ ਪਵਜਲ ਸਾਗਰ ਤੋਂ ਪਾਰ ਉਤਰਾ ਮੈਨੂੰ ਵੀ ਉਹ ਰਾਹ ਮਿਲ ਜਾਏ ਸਤਗੁਰੂ ਜੀ ਖੇਡਦਿਆਂ ਖੇਡਦਾ ਇਹਦੇ ਪਾਸ ਆਏ ਇਹ ਗੰਗਾਵਲ ਮੁਹ ਕਰਕੇ ਬੈਠਾ ਸੀ ਸਤਗੁਰੂ ਜੀ ਨੇ ਪਿੱਛੋਂ ਦੀ ਆ ਕੇ ਘੁੱਟ ਕੇ ਗਲ ਬਕੜੀ ਪਾ ਲਈ ਹੱਥ ਸਤਗੁਰੂ ਜੀ ਨੇ ਅੱਖਾਂ ਉਥੇ ਰੱਖ ਲਏ ਇਹਨਾਂ ਨੇ ਕੋਮਲ ਹੱਥ ਜਦੋਂ ਹਟਾਏ ਸਤਗੁਰੂ ਜੀ ਨੇ ਹੌਲੀ ਦੇਣੀ ਕੰਨਾਂ ਵਿੱਚ ਚਾਹਤ ਪਾਈ ਬਾਬਾ ਜੀ ਚਾਹਤ ਪੰਡਤ ਜੀ ਚਾਹ ਜਦੋਂ ਪੰਡਤ ਜੀ ਨੇ ਪਿੱਛੇ ਮੁੜ ਕੇ ਵੇਖਿਆ ਵੀ ਐਉਂ ਪ੍ਰਤੀਤ ਹੋਇਆ ਵੀ ਜਿਸ ਤਰ੍ਹਾਂ ਸਤਿਗੁਰੂ ਵਿੱਚੋਂ ਉਸ ਅਕਾਲ ਪੁਰਖ ਦੇ ਦਰਸ਼ਨ ਹੋ ਗਏ ਹੋਣ ਜਿਤਨਾ ਸਤਿਗੁਰ ਜੀ ਵਿੱਚੋਂ ਉਸ ਪਰਮਾਤਮਾ ਦੇ ਦਰਸ਼ਨ ਹੁੰਦੇ ਹੋਣ ਰੋਜ਼ਾਨਾ ਆ ਕੇ ਪੰਡਤ ਜੀ ਗੰਗਾ ਦੇ ਕਿਨਾਰੇ ਆ ਕੇ ਬਹਿੰਦੇ ਹੁਣ ਮਨ ਵਿੱਚ ਤੰਗ ਸੀ ਕਿ ਕਿਤੇ ਉਹ ਰੋਜ਼ ਉਹ ਬੱਚਾ ਆਏ ਤੇ ਮੇਰੇ ਹੱਥਾਂ ਉਹਦੇ ਹੱਥ ਰੱਖੇ ਤੇ ਮੇਰੇ ਕੰਨ ਵਿੱਚ ਕਹੇ ਬਾਬਾ ਜੀ ਚਾਹ ਤੇ ਮੈਂ ਉਹਨੂੰ ਕਹਾ ਆ ਗਿਆ ਮੇਰਾ ਗੋਬਿੰਦ ਰਾਏ ਆ ਗਿਆ ਮੇਰਾ ਬਾਲ ਗੋਪਾਲ ਰੋਜ਼ਾਨਾ ਸਤਗੁਰੂ ਜੀ ਉਹਦੇ ਪਾਸ ਆਉਣ ਲੱਗੇ ਇਹ ਜਦੋਂ ਪੰਡਿਤ ਉਸ ਪਰਮਾਤਮਾ ਦੀ ਭਗਤੀ ਤੋਂ ਬਾਅਦ ਆਪਣੇ ਘਰ ਵਿਹਾਰ ਵਿੱਚ ਜਾਂਦਾ ਸੀ ਉਸ ਸ਼ਹਿਰ ਦਾ ਇੱਕ ਰਾਜਾ ਸੀ ਫਤੇ ਚੰਦ ਮੈਣੀ ਜਦੀ ਘਰ ਵਾਲੀ ਬਹੁਤ ਸਮਾ ਹੋ ਗਿਆ ਕੁੱਖ ਹਜੇ ਹਰੀ ਨਹੀਂ ਹੋਈ ਘਰ ਅੰਦਰ ਕਿਸੇ ਪ੍ਰਕਾਰ ਦੀ ਕੋਈ ਸੰਤਾਨ ਨਹੀਂ ਪਰ ਇਹਦੇ ਮਨ ਅੰਦਰ ਚੰਨਾ ਹੈ ਇਹਦੇ ਮਨ ਅੰਦਰ ਐਸੀ ਤਾਕ ਹੈ ਵੇ ਮੈਨੂੰ ਵੀ ਉਸ ਅਕਾਲ ਪੁਰਖ ਦੇ ਦਰਸ਼ਨ ਹੋ ਜਾਣ ਮੈਂ ਵੀ ਉਹਦੇ ਕੋਲੋਂ ਐਸਾ দান ਪ੍ਰਾਪਤ ਕਰ ਲਵਾਂ ਵੀ ਮੇਰੇ ਵੀ ਕੋਕ ਹਰੀ ਹੋ ਜਾਏ ਪੰਡਤ ਜੀ ਬੂਏ ਪਾਸੋਂ ਲੰਘ ਰਹੇ ਸਨ ਰਾਜਾ ਫਤੇ ਚੰਦ ਮੈਣੀ ਨੇ ਆਵਾਜ਼ ਮਾਰੀ ਪੰਡਤ ਜੀ ਅੰਦਰ ਆਓ ਸਾਡੇ ਘਰ ਵੀ ਪ੍ਰਾਰਥਨਾ ਕਰਦੇ ਹੋ ਸਾਡੇ ਘਰ ਵੀ ਉਸ ਪ੍ਰਮਾਤਮਾ પાસે ਨੇ ਹਾਂ ਲਾਦੇ ਹੋ ਵੀ ਸਾਡੇ ਘਰ ਵੀ ਕੋਈ ਸੰਤਾਨ ਆ ਜਾਏ ਸਾਡੇ ਘਰ ਵੀ ਉਹ ਸੰਤਾਨ ਦੇ ਖੇਡਣ ਦੀਆਂ ਗੱਲਾਂ ਆਉਣ ਉਹਦੇ ਚਿਕਣ ਦੀ ਆਵਾਜ਼ ਆਵੇ ਤੇ ਫਤੇ ਚੰਦ ਨੇ ਜਦੋਂ ਇਹ ਗੱਲ ਕਹੀ ਤੇ ਪੰਡਿਤ ਜੀ ਕਹਿਣ ਲੱਗੇ ਵੀ ਤੁਸੀਂ ਕਿੰਨੂੰ ਕਹਿ ਰਹੇ ਹੋ ਅਰਦਾਸ ਕਰ ਤੁਸੀਂ ਕਿਹੜੇ ਪ੍ਰਮਾਤਮਾ ਪਾਸ ਅਰਦਾਸ ਕਰਨ ਦੀ ਗੱਲਾਂ ਕਰ ਰਹੇ ਹੋ ਇਸ ਪਟਨਾ ਦੀ ertidhi ਦੀ ਗਲੀਆਂ ਅੰਦਰ ਉਹ ਪ੍ਰਮਾਤਮਾ ਖੇਡ ਰਿਹਾ ਹੈ ਮਨ ਕਰਕੇ ਆਸ ਕਰੋ ਜਰੂਰ ਤੁਹਾਡੇ ਘਰ ਆਉਣਗੇ ਤੁਹਾਨੂੰ ਭਾਗ ਲਾਉਣਗੇ ਜਦੋਂ ਰਾਣੀ ਨੇ ਇਹ ਗੱਲਾਂ ਸੁਣੀਆਂ ਰੋਜ਼ ਉਸ ਅਕਾਲ ਪੁਰਖ ਦੀ ਯਾਦ ਵਿੱਚ ਜੁੜਦੀ ਹੈ ਰੋਜ਼ ਉਸ ਨੂੰ ਅਰਦਾਸਾਂ ਕਰਦੀ ਹੈ ਵੀ ਸਤਗੁਰੂ ਸਾਡੇ ਅੰਦਰ ਘਰ ਦੇ ਅੰਦਰ ਵੀ ਉਹ ਬਾਲ ਗੋਪਾਲ ਆਏ ਸਾਡੇ ਘਰ ਨੂੰ ਵਿਭਾਗ ਲੱਗ ਜਾਣ ਮੇਰੀ ਕੋਖ ਵੀ ਹਰੀ ਹੋਵੇ ਸੰਗਤ ਜੀ ਇਹ ਗੱਲ ਵਿੱਚ ਕੋਈ ਸ਼ਰਮ ਨਹੀਂ ਕਿਸੇ ਵੀ ਧੀ ਭੈਣ ਦੀ ਜਦੋਂ ਕੋਖ ਹਰੀ ਹੋਣੀ ਹੁੰਦੀ ਹੈ ਤਾਂ ਜਰੂਰ ਆਪਣੇ ਮਨ ਅੰਦਰ ਅਰਦਾਸ ਕਰੇ ਵੀ ਸਤਗੁਰੂ ਜੋ ਵੀ ਇਸ ਘਰ ਅੰਦਰ ਸੰਤਾਨ ਆਏ ਤੇਰੇ ਗੁਣ ਵਾਣ ਵਾਲਾ ਆਵੇ ਸਤਗੁਰੂ ਜੋ ਵੀ ਇਸ ਘਰ ਅੰਦਰ ਆਵੇ ਜਿਸਨੇ ਵੀ ਇਸ ਦੁਨੀਆ ਅੰਦਰ ਆਉਣਾ ਹੈ ਤੇਰੀ ਸਿਫਤ ਸਲਾਹ ਕਰੇ ਪਰ ਅੱਜ ਸਾਨੂੰ ਤਾਂ ਸਾਡੀ ਇਜਾਜ਼ਤ ਸਹਮਣ ਵਾਲਾ ਚਾਹੀਦਾ ਹੈ ਅੱਜ ਸਾਨੂੰ ਤਾਂ ਕੋਈ ਡਾਕਟਰ ਚਾਹੀਦਾ ਕੋਈ ਇੰਜੀਨੀਅਰ ਚਾਹੀਦਾ ਹੈ ਉਸ ਇੰਜੀਨੀਅਰ ਤੋਂ ਪਹਿਲਾਂ ਉਸ ਪਰਮਾਤਮਾ ਜਿਹਨੇ ਜਿਸ ਬੰਦੇ ਨੂੰ ਭੇਜਣਾ ਹੈ ਉਹਦੀ ਅਰਦਾਸ ਕਰੀਏ ਵੀ ਸਤਗੁਰੂ ਤੇਰੇ ਗੁਣ ਗਾਣ ਵਾਲਾ ਹੋਵੇ ਸਤਗੁਰੂ ਤੇਰੀ ਭਗਤੀ ਕਰਨ ਵਾਲਾ ਹੋਵੇ ਜਿਨਨੇ ਉਹਦੇ ਗੁਣ ਗਾਏ ਜਿਨਨੇ ਉਹਦੀ ਭਗਤੀ ਕੀਤੀ ਫੇ ਤਾਂ ਉਹ ਹਰ ਬੁਕਾਮ ਤੇ ਪਹੁੰਚਿਆ ਹਰ ਪ੍ਰਕਾਰ ਦੀਆਂ ਉਹਨਾਂ ਨੂੰ ਚੀਜ਼ਾਂ ਮਿਲੀਆਂ ਪਰ ਅਰਦਾਸ ਸਾਡੀ ਇਹ ਹੋਵੇ ਸਤਿਗੁਰੂ ਜੋ ਵੀ ਤੂੰ ਸਾਡੀ ਝੋਲੀ ਅੰਦਰ ਦਾਤ ਪਾਉਣੇ ਆ ਉਹ ਤੇਰੇ ਗੁਣ ਗਾਣ ਵਾਲਾ ਹੋਵੇ ਤੇਰੀ ਭਗਤੀ ਕਰਨ ਵਾਲਾ ਹੋਵੇ ਸਮਾਂ ਬੀਤਦਾ ਗਿਆ ਇਹਦੇ ਮਨ ਦੀ ਚਾਹਨਾ ਵਧਦੀ ਗਈ ਆਸ ਵਧਦੀ ਗਈ ਵੀ ਸਾਡੇ ਘਰ ਅੰਦਰ ਵੀ ਉਹ ਬਾਲ ਗੋਪਾਲ ਆਏਗਾ ਸਾਡੇ ਘਰ ਵੀ ਜੋ ਮੈਂ ਪਾਉਣਾ ਚਾਹੁੰਦੀ ਆ ਉਹ ਮੇਰੀ ਝੋਲੀ ਵਿੱਚ ਪਏਗਾ ਇੱਕ ਦਿਨ ਨਵੀਂ ਸਵੇਰ ਹੋਈ ਕੀ ਪਤਾ ਕੀ ਇਹਦੇ ਮਨ ਅੰਦਰ ਆਸ ਆਈ ਪਰਮਾਤਮਾ ਦਾ ਧਿਆਨ ਤਰਿਆ ਛੁਲੇ ਪੂੜੀਆਂ ਦਾ ਲੰਗਰ ਤਿਆਰ ਕੀਤਾ ਅੱਜ ਸਤਗੁਰੂ ਖੇਡ ਦੇ ਖੇਡਦੇ ਜਿਹੜੀ ਖਿਦੋ ਖੁੰਡੇ ਦੇ ਨਾਲ ਖੇਡ ਰਹੇ ਸਨ ਅਜ ਉਹ ਗੇਂਦ ਜਦੋਂ ਰਾਜਾ ਫਤੇ ਚੰਦ ਮਿਆਣੀ ਦੇ ਘਰ ਆਈ ਰਾਣੀ ਚੰਕੜਾ ਮਾਰ ਕੇ ਉਹ ਪਰਮਾਤਮਾ ਦੀ ਭਗਤੀ ਵਿੱਚ ਲੀਨ ਜਦੋਂ ਸਤਗੁਰੂ ਅੰਦਰ ਗਏ ਸਤਗੁਰੂ ਜੀ ਨੇ ਜਿਸ ਤਰ੍ਹਾਂ ਕੋਈ ਖੇਡ ਖੇਡ ਨਹੀਂ ਹੋਵੇ ਖੇਡਦੇ ਖੇਡਦੇ ਕੁੰਡੀ ਛੁੱਟੀ ਜਾ ਕੇ ਉਹ ਰਾਣੀ ਦੀ ਗੋਦ ਵਿੱਚ ਬੈਠ ਗਏ ਤੇ ਕੰਨ ਵਿੱਚ ਜੋਰ ਦੀ ਕਿਹਾ ਮਾਂ ਅੱਖਾਂ ਖੋਲੋ ਇਹਨੇ ਅੱਖਾਂ ਨਾ ਖੋਲੀਆਂ ਫੇਰ ਆਵਾਜ਼ ਮਾਰੀ ਮਾਂ ਅੱਖਾਂ ਖੋਲੋ ਜਿੰਨਾ ਦੀ ਤੁਸੀਂ ਇਹਨੇ ਦਿਨਾਂ ਤੋਂ ਉਡੀਕ ਕਰ ਰਹੀ ਸੀ ਅੱਜ ਉਹ ਤੁਹਾਡੇ ਘਰ ਆਇਆ ਜਦੋਂ ਇਹਨੇ ਅੱਖਾਂ ਖੁੱਲੀਆਂ ਬੜੀ ਖੁਸ਼ ਹੋਈ ਅਸ਼ੀਰਵਾਦ ਲੈਣ ਵਾਸਤੇ ਪੈਰਾਂ ਨੂੰ ਹੱਥ ਲਾਉਣ ਲੱਗੀ ਸਤਗੁਰੂ ਜੀ ਨੇ ਕਿਹਾ ਮਾਂ ਕੋਈ ਆਪਣੇ ਪੁੱਤਰ ਦੇ ਪੈਰਾਂ ਨੂੰ ਹੱਥ ਲਾਉਂਦਾ ਮਾਂ ਮੇਰੇ ਪੁੱਤਰ ਦੇ ਪੈਰਾਂ ਨੂੰ ਹੱਥ ਨਾ ਲਾ ਮੇਰੇ ਸਿਰ ਤੇ ਹੱਥ ਦੇ ਕੇ ਅਸੀਸ ਦੇ ਮੈਨੂੰ ਵੀ ਅਸ਼ੀਰਵਾਦ ਦੇ ਮੈਂ ਤਾਂ ਤੇਰਾ ਪੁੱਤਰ ਵਾਂ ਜਦੋਂ ਸਤਿਗੁਰ ਜੀ ਦੇ ਦਰਸ਼ਨ ਕੀਤੇ ਇਉਂ ਪ੍ਰਤੀਤ ਹੋਇਆ ਵੀ ਹਰੇਕ ਪ੍ਰਕਾਰ ਦੀ ਚੀਜ਼ ਮੈਨੂੰ ਮਿਲ ਗਈ ਹਰੇਕ ਪ੍ਰਕਾਰ ਦੀਆਂ ਝੋਲੀਆਂ ਮੇਰੀਆਂ ਭਰੀਆਂ ਗਈਆਂ ਉਸ ਕਾਲਪੁਰਖ ਦਾ ਧੰਨਵਾਦ ਕੀਤਾ ਜਦੋਂ ਸਤਿਗੁਰ ਜੀ ਜਾਣ ਲੱਗੇ ਤਾਂ ਇਹ ਕਹਿਣ ਲੱਗੇ ਵੀ ਇਹ ਕਿੱਦਾਂ ਹੋਇਆ ਵੀ ਮਾਤਾਵਾ ਦੋ ਤੇ ਪੁੱਤਰ ਇੱਕ ਮੈਂ ਕਿਦਾਂ ਖੁਸ਼ੀ ਮਨਾਵਾਂਗੀ ਮੈਂ ਕਿਦਾਂ ਆਪਣੇ ਚਾਹ ਪੂਰਾ ਕਰਾਂਗੀ ਸਤਿਗੁਰੂ ਜੀ ਕਹਿਣ ਲੱਗੇ ਮਾਤਾ ਜਿਸ ਤਰ੍ਹਾਂ ਉਹ ਪੂਰਨਮਾਸੀ ਦਾ ਚੰਦ ਉਸ ਝੀਲ ਵਿੱਚ ਵੀ ਖੇੜਦਾ ਹੈ ਤੇ ਗੰਗਾ ਦੇ ਦਰਿਆ ਵਿੱਚ ਵੀ ਖੇੜਦਾ ਹੈ ਜਿਸ ਤਰ੍ਹਾਂ ਅੱਖਾਂ ਦੋ ਨੇ ਤੇ ਜੋਤ ਇੱਕ ਹੈ ਮਾਤਾ ਇਸੇ ਤਰ੍ਹਾਂ ਹੀ ਮੈਂ ਪੁੱਤਰ ਇੱਕਾਂ ਤੇ ਮੇਰੀਆਂ ਮਾਤਾਵਾਂ ਦੋ ਨੇ ਕਦੀ ਨਾ ਆਪਣੇ ਮਨ ਅੰਦਰ ਇਹ ਲੈ ਕੇ ਆਵੀਂ ਕਿ ਮੈਂ ਪੁੱਤਰ ਕਿਸੇ ਹੋਰ ਜਾਤੇ ਤੇਰੇ ਘਰ ਆਉਂਦਾ ਨਾ ਮਾਤਾ ਮੈਂ ਤੇਰਾ ਪੁੱਤਰ ਆ ਸਤਗੁਰੂ ਜੀ ਨੇ ਸਭ ਨੂੰ ਦਰਸ਼ਨ ਦਿੱਤੇ ਹਰੇਕ ਪ੍ਰਕਾਰ ਦੀਆਂ ਝੋਲੀਆਂ ਭਰੀਆਂ ਸਮਾਂ ਬੀਤਿਆ ਧੰਗੁਰ ਤੇਗワਧੁਰ ਸਾਹਿਬ ਜਦੋਂ ਪਟਨਾ ਦੀ ਧਰਤੀ ਤੇ ਆਏ ਹਰੀਮ ਕਰੀਮ ਬਖਸ਼ ਦੇ ਜਦੋਂ ਦਰਬਾਰ ਅੰਦਰ ਸਤਗੁਰੂ ਬੈਠੇ ਜਾ ਕੇ ਇਥੋਂ ਮਾਤਾ ਜੀ ਲੈ ਕੇ ਗਏ ਜਾ ਕੇ ਸਤਗੁਰੂ ਗੋਬਿੰਦ ਰਾਏ ਨੇ ਜਦੋਂ ਪਿਤਾ ਜੀ ਦੇ ਵੇਰਾਂ ਨੂੰ ਹੱਥ ਲਾਇਆ ਸਤਿਗੁਰੂ ਜੀ ਨੇ ਅਸ਼ੀਰਵਾਦ ਦਿੱਤਾ ਪੁੱਤਰ ਦਾ ਚਿਹਰਾ ਤੱਕਿਆ ਤੇ ਸਤਿਗੁਰੂ ਜੀ ਨੂੰ ਤਾਂ ਪਹਿਲਾਂ ਤੋਂ ਹੀ ਸਭ ਕੁਝ ਪਤਾ ਸੀ ਵੀ ਇਹ ਸੰਸਾਰ ਵਿੱਚ ਕਿਉਂ ਆਏ ਨੇ ਇਹਨਾਂ ਨੇ ਕਿਹੜੇ ਕੰਮ ਕਰਨੇ ਆ ਸਮਾਂ ਬੀਤੇ ਸਤਿਗੁਰੂ ਜੀ ਜਦੋਂ ਆਨੰਦਪੁਰ ਸਾਹਿਬ ਜਾਣ ਲੱਗੇ ਅਜਪਟਨਾ ਦੀ ਧਰਤੀ ਕਰੋਲਾ ਅਠੀ ਅਜਪਟਨਾ ਦੀ ਧਰਤੀ ਰੋ ਰਹੀ ਹੈ ਕਿਸੇ ਨੇ ਪੁੱਛਿਆ ਵੀ ਅਜਪਟਨਾ ਦੇ ਲੋਕਾਂ ਨੂੰ ਕੀ ਹੋ ਗਿਆ ਸਾਰੇ ਉਦਾਸ ਪਏ ਤੁਰਦੇ ਨੇ ਇੱਕ ਕਹਿਣ ਲੱਗਾ ਇਹ ਪਟਨਾ ਦੀ ਜਿੰਦ ਇੱਥੋਂ ਜਾ ਰਹੀ ਐ ਇਹ ਪਟਨਾ ਦੀ ਜਿੰਦ ਨਿਕਲ ਚੱਲੀ ਐ ਅੱਜ ਜਦੋਂ ਫਤੇਹ ਚੰਦ ਮੈਣੀ ਰਾਣੀ ਨੂੰ ਪਤਾ ਲੱਗਾ ਉਹ ਵੀ ਆ ਗਏ ਜਦੋਂ ਸ਼ਿਵਦਤ ਨੂੰ ਪਤਾ ਲੱਗਾ ਉਹ ਵੀ ਗੰਗਾ ਕਿਨਾਰੇ ਤੋਂ ਆਇਆ ਅੱਖਾਂ ਸੇਜਲ ਅੱਖਾਂ ਵਿੱਚੋਂ ਪਾਣੀ ਨਿਕਲ ਰਿਹਾ ਐ ਕਹਿਣ ਲੱਗੇ ਪੰਡਿਤ ਜੀ ਰੋਜ਼ਾਨਾ ਮੈਨੂੰ ਯਾਦ ਕਰਿਓ ਰੋਜਾਨਾ ਉਸ ਕਾਲਪੁਰਖ ਦਾ ਨਾਮ ਜਪਿਓ ਮੈਂ ਆਪ ਜੀ ਦੇ ਪਾਸ ਹੀ ਬੈਠਾ ਹੋਵਾਂਗਾ ਕਹਿਣ ਲੱਗਾ ਮਾਂ ਤੂੰ ਰੋਜਾਨਾ ਸ਼ੋਲੇ ਪੂੜਿਆ ਦਾ ਲੰਗਰ ਬਣਾ ਕੇ ਆਉਣ ਜਾਣ ਵਾਲੇ ਰਾਈਆਂ ਨੂੰ ਖਵਾਉਣ ਲੱਗੀ ਤੇ ਤੈਨੂੰ ਇਉਂ ਪ੍ਰਤੀਤ ਹੋਏਗਾ ਵੀ ਤੇਰਾ ਬਾਲ ਗੋਪਾਲ ਗੋਬਿੰਦ ਤੇਰੇ ਨੇੜੇ ਬੈਠਾ ਹੈ ਉਸ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਰਿਹਾ ਸਤਿਗੁਰੂ ਜੀ ਪਾਸ ਉਸ ਪਟਨਾ ਦਾ ਸ਼ਾਹ ਆਇਆ ਕਹਿਣ ਲੱਗਾ ਸਤਿਗੁਰੂ ਆਨੰਦਪੁਰ ਪਾਸੇ ਜਾਣ ਵਾ ਤੂੰ ਸੀ ਜਿਹੜੇ ਵੀ ਸ਼ਹਿਰ ਵਿੱਚ ਰੁਕੋਗੇ ਉੱਥੇ ਮਿਹਰਜਾ ਸ਼ਹਿਰ ਹੈ ਸਤਿਗੁਰੂ ਉੱਥੇ ਮੇਰੇ ਮਹਿਲ ਨੇ ਜਾ ਕੇ ਤੁਸੀਂ ਜਾਂਦੇ ਹੋਇਆ ਉੱਥੇ ਵਿਸ਼ਰਾਮ ਕਰਨਾ ਸਤਿਗੁਰੂ ਜੀ ਜਦੋਂ ਪਟਨਾ ਦੀ ਧਰਤੀ ਤੋਂ ਨਿਕਲੇ ਪਹਿਲਾ ਪੜਾ ਦਾਣਾਪੁਰ ਦੀ ਧਰਤੀ ਤੇ ਕੀਤਾ ਉੱਥੇ ਇੱਕ ਮਾਈ ਰਹਿੰਦੀ ਸੀ ਯਮਨਾ ਮਾਈ ਜਿਹਦੇ ਮਨ ਵਿੱਚ ਬੜੀ ਤਾਂਗ ਸੀ ਰੋਜ਼ਾਨਾ ਅਰਦਾਸ ਕਰਦੀ ਸੀ ਸਤਿਗੁਰੂ ਜੀ ਦੇ ਖੇਤਾਂ ਬਾਰੇ ਜਾਣਦੀ ਸੀ ਮਨ ਵਿੱਚ ਤਾਂਗ ਸੀ ਵੀ ਸਤਿਗੁਰੂ ਜਦੋਂ ਵੀ ਇਸ ਇਲਾਕੇ ਵਿੱਚੋਂ ਨਿਕਲੋਗੇ ਜ਼ਰੂਰ ਇਸ ਗਰੀਬੀ ਦੇ ਘਰ ਵਿੱਚ ਦਰਸ਼ਨ ਪਾ ਕੇ ਜਾਇਓ ਜਰੂਰ ਇਸ ਮਾਈ ਦੇ ਘਰ ਵਿੱਚ ਦਰਸ਼ਨ ਪਾ ਕੇ ਜਾਇਓ ਭਾਵੇਂ ਉਹ ਮਾਤੀ ਦੇ ਭਾਵੇਂ ਉਹ ਮਾਤਾ ਦੇ ਮਨ ਵਿੱਚ ਇਹ ਆਸ ਸੀ ਭਾਵੇਂ ਉਹ ਘਰੋਂ ਗਰੀਬ ਸੀ ਪਰ ਉਹਦੇ ਮਨ ਅਚ ਇਹ ਚਾਹ ਸੀ ਵੀ ਜਰੂਰ ਸਤਿਗੁਰੂ ਮੈਂ ਆਪ ਜੀ ਦੇ ਦਰਸ਼ਨ ਕਰਨੇ ਜਰੂਰ ਸਤਿਗੁਰੂ ਜੀ ਆਪ ਜੀ ਦੇ ਚਰਨ ਮੇਰੇ ਘਰ ਪੈਣ ਤੇ ਮੇਰਾ ਘਰ ਵੀ ਭਾਗਾ ਵਾਲਾ ਹੋ ਜਾਵੇ ਜਦੋਂ ਸਤਿਗੁਰੂ ਜੀ ਉੱਥੋਂ ਨਿਕਲੇ ਯਮਨਾ ਮਾਈ ਦੇ ਘਰ ਜਾ ਕੇ ਜਦੋਂ ਮਾਤਾ ਜੀ ਨੂੰ ਦਰਸ਼ਨ ਦਿੱਤੇ ਮਾਤਾ ਜੀ ਨੇ ਛੋਟੇ ਵਿੱਚ ਛੋਟੀ ਜੀ ਕੁੱਜੀ ਵਿੱਚ ਖਿਚੜੀ ਬਣਾਈ ਸੀ ਸਤਿਗੁਰੂ ਜੀ ਦੀਆਂ ਫੌਜਾਂ ਨਾਲ ਹੋਰ ਸੇਵਾਦਾਰ ਨਾਲ ਜਦੋਂ ਸਤਿਗੁਰੂ ਜੀ ਨੇ ਵੇਖਿਆ ਵੀ ਖਿਚੜੀ ਤਾਂ ਥੋੜੀ ਜਈਏ ਸਾਰੇ ਵਿੱਚ ਪੂਰੀ ਕਿੱਦਾਂ ਆਏਗੇ ਸਤਿਗੁਰੂ ਜੀ ਨੇ ਸਾਰਿਆਂ ਨੂੰ ਉਪਦੇਸ਼ ਕੀਤਾ ਸਾਰੇ ਪੰਗਤ ਵਿੱਚ ਬੈਠ ਜਾਓ ਮੈਂ ਲੰਗਰ ਵਰਤਾਵਾਂਗਾ ਤੇ ਸੰਗਤ ਜੀ ਜਿੱਥੇ ਸਤਿਗੁਰੂ ਆਪਣੇ ਸੰਗਤਾਂ ਨੂੰ ਲੰਗਰ ਸ਼ਿਕਾਉਣ ਲੱਗ ਜਾਣ ਫੇਰ ਉਸ ਘਰ ਵਿੱਚ ਕਿਤੇ ਥੋੜ੍ਹ ਆਈ ਹੈ ਉਸ ਘਰ ਵਿੱਚ ਕਦੀ ਕਿਤੇ ਕਾਟ ਨਹੀਂ ਪਈ ਜਿੱਥੇ ਸਤਿਗੁਰੂ ਜੀ ਨੇ ਆਪ ਆਪਣੇ ਹੱਥੀਂ ਲੰਗਰ ਵਰਤਾਉਣਾ ਕੀਤਾ ਹੈ ਸਮਾਂ ਬੀਤਿਆ ਸਤਿਗੁਰੂ ਕੌਤਕ ਵਰਤਾਉਂਦੇ ਗਏ ਸਭ ਦੀਆਂ ਝੋਲੀਆਂ ਭਰਦੇ ਗਏ ਹਰੇਕ ਪ੍ਰਕਾਰ ਨਾਲ ਸਭ ਦੀਆਂ ਝੋਲੀਆਂ ਭਰੀਆਂ ਦੁੱਖ ਦੂਰ ਕੀਤੇ ਪੰਗਾਣੀ ਦਾ ਯੁੱਧ ਹੋਇਆ ਸਤਗੁਰੂ ਜੀ ਨੇ ਫਤਿਹ ਹਾਸਲ ਕੀਤੀ ਇਤਿਹਾਸ ਤੋਂ ਆਪਾਂ ਸਾਰੇ ਜਾਣੂ ਜਾਣਾ ਪੀਰ ਬੁੱਧੂ ਸ਼ਾਹ ਨੇ ਆਪਣੇ ਦੋ ਸਕੇ ਪੁੱਤਰ ਸ਼ਹੀਦ ਕਰਾ ਦਿੱਤੇ ਆਪਣੇ ਦੋ ਭਤੀਦੇ ਸ਼ਹੀਦ ਕਰਾਏ 500 ਤੋਂ ਉਤੇ ਮਰੀਦ ਸ਼ਹੀਦ ਹੋ ਗਏ ਸਤਗੁਰੂ ਪੌਂਟਾ ਸਾਹਿਬ ਦੀ ਧਰਤੀ ਉੱਤੇ ਬੈਠੇ ਨੇ ਸਤਗੁਰੂ ਤਕਤ ਉੱਤੇ ਸੁਭਾਏ ਮਾਨ ਥੱਲੇ ਸਿੱਖ ਬੈਠੇ ਨੇ ਆਪਸ ਵਿੱਚ ਗੱਲਾਂ ਬਾਤਾਂ ਹੋ ਰਹੀਆਂ ਪੀਰ ਬੁੱਧੂ ਸ਼ਾਹ ਆ ਕੇ ਉਹ ਸੰਗਤ ਵਿੱਚ ਬੈਠਾ ਨਾਲਦੇ ਸਿੰਘਾਂ ਨੇ ਕਿਹਾ ਸਤਿਗੁਰੂ ਪੰਗਾਣੀ ਦੇਉ ਤੁਝ ਪੀਰ ਬੁੱਧੂ ਸਾਹਿਬ ਨੇ ਸਾਡਾ ਬੜਾ ਸਾਥ ਦਿੱਤਾ ਹੈ ਸਤਿਗੁਰੂ ਇਹਦੇ ਸਕੇ ਦੋ ਪੁੱਤਰ ਸ਼ਹੀਦ ਹੋ ਗਏ ਸਤਿਗੁਰੂ ਇਹਨੇ ਦੋ ਸਕੇ ਆਪਣੇ ਭਤੀਜੇ ਸ਼ਹੀਦ ਕਰਾਏ ਨੇ ਸਤਿਗੁਰੂ ਇਹਦੇ 500 ਤੋਂ ਉੱਤੇ murid ਸ਼ਹੀਦ ਹੋ ਗਏ ਨੇ ਇਹਨੇ ਸਾਡਾ ਬੜਾ ਸਾਥ ਦਿੱਤਾ ਹੈ ਸਤਿਗੁਰੂ ਜੀ ਕਹਿਣ ਲੱਗੇ ਬੁੱਧੂ ਸਾਹਿਬ ਦਸ ਤੇਰੀ ਝੋਲੀ ਅੰਦਰ ਇਨਾਮ ਵਜੋਂ ਕੀ ਪਾਈਏ ਪੀਰ ਬੁੱਧੂ ਸ਼ਾਹ ਨੇ ਹੱਥ ਜੋੜੇ ਕਹਿਣ ਲੱਗਾ ਸਤਿਗੁਰੂ ਮੈਨੂੰ ਆਪ ਜੀ ਦੀ ਸੰਗਤ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੀਦਾ ਕਿਰਪਾ ਕਰੋ ਮੈਨੂੰ ਆਪ ਜੀ ਆਪਣੇ ਸੰਗਤ ਵਿੱਚ ਲੈ ਲਾਓ ਜਦੋਂ ਸਮਾਂ ਆਏਗਾ ਮੈਂ ਆਪ ਜੀ ਕੋਲੋਂ ਜ਼ਰੂਰ ਕੁਝ ਨਾ ਕੁਝ ਮੰਗ ਲਾਵਾਂਗਾ ਸਤਿਗੁਰੂ ਹੁਣੇ ਮੈਨੂੰ ਕੁਝ ਨਹੀਂ ਚਾਹੀਦਾ ਸਮਾਂ ਬੀਤਿਆ ਸਤਿਗੁਰੂ ਪੌਂਟਾ ਸਾਹਿਬ ਦੀ ਧਰਤੀ ਤੇ ਕੇਸ ਹਰੇ ਕਰ ਰਹੇ ਨੇ ਕੇਸਾਂ ਵਿੱਚ ਕੰਗਾ ਲਾਇਆ ਉੱਤੇ ਜਦੋਂ ਕੇਸਕੀ ਦਿੱਤੀ ਸਤਿਗੁਰੂ ਜੀ ਨੇ ਖੱਟੇ ਰੰਗ ਦੀ ਕੇਸਕੀ ਲਈ ਹੈ ਜਦੋਂ ਸਿੰਘਾਂ ਨੂੰ ਉਪਦੇਸ਼ ਕਰ ਰਹੇ ਨੇ ਪੀਰ ਬੁੱਤੂ ਸਾ ਪੌੜੀਆਂ ਚੜਿਆ ਆ ਕੇ ਫਤਿਹਗਜ਼ਾਈ ਤੇ ਨਾਲ ਆ ਕੇ ਬੈਠਾ ਸਾਰੇ ਸਤਿਗੁਰੂ ਜੀ ਦੇ ਨਾਲ ਬਾਤਾਂ ਪਾ ਰਹੇ ਨੇ ਸਾਰੇ ਸਤਿਗੁਰੂ ਜੀ ਦੇ ਉਪਦੇਸ਼ ਸੁਣ ਰਹੇ ਨੇ ਪਰ ਇਹਦਾ ਧਿਆਨ ਸਤਿਗੁਰੂ ਜੀ ਦੇ ਕੇਸਾਂ ਵਾਲਾ ਇਹਦਾ ਗਿਆਨ ਸਤਿਗੁਰੂ ਜੀ ਦੇ ਕੰਗੇ ਵਾਲਾ ਦੁਆਨ ਦੀ ਸਮਾਪਤੀ ਹੋਈ ਸਤਿਗੁਰੂ ਜੀ ਖੜਾ ਹੋ ਗਿਆ ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਉਹ ਦਿਨ ਮੈਨੂੰ ਕਿਹਾ ਸੀ ਨਾ ਵੀ ਤੇਰੀ ਝੋਲੀ ਅੰਦਰ ਇਹ ਨਾਮ ਵਜੋਂ ਪੀਰ ਬੁੱਧੂ ਸਾਹਿਬ ਕੀ ਪਾਈਏ ਤੇ ਸਤਿਗੁਰੂ ਉਹ ਦਿਨ ਮੈਨੂੰ ਕੁਝ ਨਹੀਂ ਚਾਹੀਦਾ ਸੀ ਤੇ ਅੱਜ ਆਪ ਜੀ ਕਿਰਪਾ ਕਰੋ ਮੈਂ ਆਪ ਜੀ ਕੋਲੋਂ ਕੁਝ ਮੰਗ ਲਵਾਂ ਸਤਿਗੁਰੂ ਕਹਿਣ ਲੱਗੇ ਹਾਂ ਹਾਂ ਪੀਰ ਬੁੱਧੂ ਸਾਹਿਬ ਦੱਸ ਕੀ ਚਾਹੀਦਾ ਹੈ ਤੇਰੀ ਝੋਲੀ ਅੰਦਰ ਕਿਸ ਪ੍ਰਕਾਰ ਦੀ ਦਾਤ ਪਾਈਏ ਕਹਿਣ ਲੱਗਾ ਸਤਿਗੁਰੂ ਜਿਹੜੇ ਮੇਰੇ ਪੁੱਤਰ ਸ਼ਹੀਦ ਹੋਏ ਸਤਗੁਰੂ ਉਹਨਾਂ ਦੇ ਬਦਲੇ ਤੁਸੀਂ ਜੇ ਮੇਰੀ ਝੋਲੀ ਅੰਦਰ ਪਾਉਣਾ ਤੇ ਇਹ ਕੇਸਾਂ ਵਿੱਚ ਜੋ ਕੰਗਾ ਲੱਗਾ ਹੈ ਇਹ ਮੇਰੀ ਝੋਲੀ ਅੰਦਰ ਪਾ ਦਿਓ ਸਤਗੁਰੂ ਬੜੇ ਰਾਣ ਹੋਏ ਕਹਿ ਲੱਗੇ ਪੀਰ ਬੁੱਧੂ ਸਾਹ ਤੇਰੇ ਪੁੱਤਰ ਸ਼ਹੀਦ ਹੋ ਗਏ ਤੇ ਤੈਨੂੰ ਇਨਾਮਾਂ ਵਿੱਚੋਂ ਕੇਵਲ ਕੰਗਾ ਚਾਹੀਦਾ ਹੈ ਕਹਿਣ ਲੱਗਾ ਸਤਗੁਰੂ ਜਿਹੜੇ ਮੇਰੇ ਪੁੱਤਰ ਸ਼ਹੀਦ ਹੋਏ ਨੇ ਉਹਨਾਂ ਬਦਲੇ ਇਹ ਕੰਗਾ ਮੇਰੀ ਝੋਲੀ ਅੰਦਰ ਪਾ ਦਿਓ ਤੇ ਜਿਹੜੇ ਮੇਰਾ ਭਤੀਜੇ ਤੇ ਮੇਰੇ ਹੋਰ ਮੁਰੀਦ ਸ਼ਹੀਦ ਹੋਏ ਨੇ ਉਹਨਾਂ ਬਦਲੇ ਸਤਿਗੁਰੂ ਜਿਹੜੇ ਇੱਕ ਅੰਗੇ ਵਿੱਚ ਕੇਸ ਲੱਗੇ ਨੇ ਉਹਨਾਂ ਸਮੇਤ ਇੱਕ ਅੰਗਾ ਮੇਰੀ ਚੋਲੀ ਅੰਦਰ ਪਾ ਦੇਓ ਸੰਗਤ ਜੀ ਜੇ ਅੱਜ ਸਾਨੂੰ ਸਾਡਾ ਗੁਰੂ ਕਹੇ ਨਾ ਵੀ ਸਜਣਾ ਤੈਨੂੰ ਇਹ ਨਾਮ ਵੱਜੋਂ ਕੀ ਚਾਹੀਦਾ ਸਭ ਤੋਂ ਪਹਿਲਾਂ ਸਾਡੀ ਇਹੋ ਹੀ ਆਸ ਹੁੰਦੀ ਵੀ ਪੈਸਾ ਮਿਲ ਜਾਏ ਵੱਡੀ ਕਾਰ ਹੋਵੇ ਵੱਡਾ ਘਰ ਹੋਵੇ ਹਰੇਕ ਪ੍ਰਕਾਰ ਨਾਲ ਮੇਰੀ ਵਾਵਾ ਹੋਵੇ ਜਿੱਥੇ ਵੀ ਜਾਵਾਂ ਮੇਰਾ ਨਾਮ ਲਿਆ ਜਾਵੇ ਵੀ ਇਹ ਫਲਾਣਾ ਬੰਦਾ ਆਇਆ ਹਰੇਕ ਪ੍ਰਕਾਰ ਨਾਲ ਮੈਨੂੰ ਸਰੂਪੇ ਪਹਿਣ ਮੇਰੀ ਵਾਹ ਵਾਹ ਹੋ ਜਾਏ ਹਰ ਇੱਕ ਪ੍ਰਕਾਰ ਨਾਲ ਮੇਰੀਆਂ ਗੱਲਾਂ ਮੇਰੀ ਸਿਫਤ ਤੋਂ ਸਲਾਹ ਹੋਵੇ ਪਰ ਐਸੇ ਵੀ ਗੁਰੂ ਦਰਬਾਰ ਦੇ ਅੰਦਰ ਹੋਏ ਨੇ ਜਿਹੜੇ ਆਪ ਉਸ ਮਜਬ ਦੇ ਨਾ ਹੁੰਦੇ ਹੋਏ ਸਤਗੁਰ ਜੀ ਦੀ ਐਸੀ ਸਿੱਖਿਆ ਧਾਰਨ ਕੀਤੀ ਵੀ ਜੀਵਨ ਅੰਦਰ ਉਸ ਕਿਸਾਂ ਦੀ ਮਹਿਤਤਾ ਆ ਗਈ ਜੀਵਨ ਅੰਦਰ ਗੁਰੂ ਦੇ ਦਰਸਾਏ ਉਤੇ ਉਸ ਰਾਹ ਉਤੇ ਚੱਲਣ ਲੱਗ ਪਏ ਤੇ ਅੱਜ ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਾਂਗਾ ਆਪਣੀ ਆਪਣੀ ਮਹਿਤਾਵਾਂ ਨੂੰ ਪਰਨਾ ਨੂੰ ਬੇਨਤੀ ਕਰਾਂਗਾ ਜਿਹੜੇ ਮੇਰੇ ਵੀਰ ਆਪਣੇ ਕੇਸਾਂ ਨੂੰ ਛੇੜਦੇ ਨੇ ਜਿਹੜੀਆਂ ਮੇਰੀ ਮਤਾਵਾਂ ਆਪਣੇ ਕੇਸਾਂ ਨੂੰ ਛੇੜਦੀਆਂ ਭਾਵੇਂ ਆਪਾਂ ਜੋ ਮਰਜ਼ੀ ਕਰ ਲਈਏ ਪਰ ਸਾਡਾ ਜੀਵਨ ਪਰ ਸਾਡੀ ਇਹ ਆਰਬਲਾ ਸਾਨੂੰ ਦੱਸ ਦਿੰਦੀ ਹੈ ਵੀ ਸਾਡਾ ਜੀਵਨ ਕਿੰਨੀ ਉਮਰ ਸਾਨੂੰ ਹੋਗੀ ਭਾਵੇਂ ਸਾਨੂੰ ਲੱਗਦਾ ਵੀ ਆਪਾਂ ਬੁੱਢੇ ਨਾ ਹੋ ਜਾਈਏ ਆਪਾਂ ਜਵਾਨ ਰਹੀਏ ऐसे कर्म कर देया पर सजना एक ना एक दिन ओ संसार विचों जरूर जाना है एक ना एक दिन आपा किसे ने मुँह जरूर दिखौना है दिखौना है जदौ पुत्रਾਂ दी सिद्धि हो गई ना माताजी ने सतगुरु जी नु कह असिवी सतगुरु एक ता रख लेना सी फिर सतगुरु जी ने साडे पास साडे वाले उंगल करके गया सी चार मुँह तो क्या भया जीवत कई हजार वे मेरे ता कई हजार जीरे ने ਅੱਜ ਇਹ ਸਾਨੂੰ ਉਸੇ ਕਤਾਰ ਵਿੱਚ ਹਜ਼ਾਰਾਂ ਦੀ ਕਤਾਰ ਵਿੱਚ ਖੜਾ ਕੀਤਾ ਜਾਵੇ ਵੀ ਕੀ ਅਸੀਂ ਸਤਿਗੁਰੂ ਜੀ ਦੇ ਨੇੜੇ ਆ ਕੀ ਆਪਾਂ ਆਪਣੀ ਜੀਵਨ ਅੰਦਰ ਐਸੇ ਕਰਮ ਕਰ ਰਹੇ ਆ ਵੀ ਸਤਿਗੁਰੂ ਜੀ ਦੇ ਨੇੜੇ ਹੋ ਜਾਏ ਨਹੀਂ ਅੱਜ ਤਾਂ ਸਾਨੂੰ ਆਪਣੀ ਵਾਹਵਾ ਦੀ ਪਈ ਹੈ ਅੱਜ ਸਾਨੂੰ ਆਪਣਾ ਜੀਵਨ ਨਵੇਕਲਾ ਕਰਨ ਦੀ ਪਈ ਹੈ ਵੀ ਮੇਰੀ ਵਾਹਵਾ ਕਿੱਦਾਂ ਹੋ ਜਾਏ ਪੈਸਾ ਜਿਆਦਾ ਕਿਸ ਤਰ੍ਹਾਂ ਆ ਜਾਏ ਐਸਾ ਕਿਹੜਾ ਕਾਰੋਬਾਰ ਕਿਹੜੀ ਨੌਕਰੀ ਕਰਾਂ ਵੀ ਮੇਰੇ ਭਰਾ ਤੋਂ ਜ਼ਿਆਦਾ ਮੇਰੀ ਪ੍ਰਸ਼ੰਸਾ ਹੋਵੇ ਮੇਰੇ ਘਰ ਵਿੱਚ ਮਿੰਨੂ ਜ਼ਿਆਦਾ ਸਲਾਉਣ ਸੰਗਤ ਜੀ ਐਸਾ ਕੋਈ ਬਿਜ਼ਨਸ ਐਸਾ ਕੋਈ ਕਾਰੋਬਾਰ ਕੋਈ ਨੌਕਰੀ ਨਾ ਕਰੀਏ ਕਿਸੇ ਗਰੀਬ ਦੇ ਗਰੀਬ ਦੇ ਮੱਥੇ ਵਿੱਚ ਮੂੰਹ ਵਿੱਚ ਰੋਟੀ ਖੋ ਕੇ ਆਪਣੇ ਬੱਚੇ ਦੇ ਮੂੰਹ ਵਿੱਚ ਪਾਈਏ ਐਸਾ ਕੋਈ ਬਿਜ਼ਨਸ ਕੋਈ ਕਾਰੋਬਾਰ ਨਾ ਕਰੀਏ ਵੀ ਕਿਸੇ ਦੇ ਨਾਲ ਧੱਕਾ ਕਮਾ ਕੇ ਆਪਣਾ ਘਰ ਭਰ ਰਹੇ ਆ ਕਿਸੇ ਦੇ ਨਾਲ ਵੈਰ ਕਮਾ ਕੇ ਆਪਣੇ ਘਰ ਵਿੱਚ ਖੁਸ਼ੀਆਂ ਲੈ ਕੇ ਆ ਰਹੇ ਆ ਨਹੀਂ ਜੇ ਸਾਨੂੰ ਲੱਗਦਾ ਹੈ ਨਾ ਵੀ ਮਰਨ ਤੋਂ ਬਾਅਦ ਅਸੀਂ ਸਵਰਗ ਵਿੱਚ ਜਾਣਾ ਹੈ ਨਰਕ ਵਿੱਚ ਜਾਣਾ ਹੈ ਨਹੀਂ ਸਵਰਗ ਵੀ ਇੱਥੇ ਹੀ ਹੈ ਤੇ ਨਰਕ ਵੀ ਇੱਥੇ ਹੀ ਹੈ ਹੈ ਕੋਈ ਇਸ ਦਰਬਾਰ ਅੰਦਰ ਵਿੱਚ ਜੋ ਬੈਠਾ ਹੈ ਜਿਨ ਨੇ ਸਵਰਗ ਵੇਖਿਆ ਹੋਵੇ ਨਰਕ ਵੇਖਿਆ ਹੋਵੇ ਨਹੀਂ ਜਿਨਾਂ ਨੇ ਚੰਗੇ ਕੰਮ ਕੀਤੇ ਹੈ ਜਿਨਾਂ ਨੇ ਉਸ ਅਕਾਲ ਪੁਰਖ ਨੂੰ ਧਿਆਉਣਾ ਕੀਤਾ ਹੈ ਉਹਨਾਂ ਦਾ ਸਵਰਗ ਇੱਥੇ ਹੈ ਤੇ ਜਿਨਾਂ ਨੇ ਦੁਜਿਆਂ ਨਾਲ ਧੱਕਾ ਕੀਤਾ ਹੈ ਉਹਨਾਂ ਦਾ ਫਿਰ ਨਰਕ ਵੀ ਇੱਥੇ ਹੈ ਇੱਕ ਆਖਰੀ ਸਤਿਗੁਰੂ ਜੀ ਦੀ ਬਾਤ ਪਾ ਕੇ ਕੀਮਤ ਦੇ ਜਾਚਕ ਹੋ ਜਾਣਾ ਹੈ ਭਾਈ ਸੈਦਾ ਦਰਿਆ ਵਿੱਚ ਬੇੜੀ ਚਲਾਉਣ ਦਾ ਕੰਮ ਕਰਦਾ ਹੈ ਇਹਨੂੰ ਵੀ ਬੜੀ ਤਾਂਘ ਹੈ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਇਹਦੀ ਬੇੜੀ ਵਿੱਚ ਸਿੱਖ ਬੰਦੇ ਨੇ ਦੂਜੇ ਕਿਨਾਰੇ ਵਾਲੇ ਜਾਂਦੇ ਜਦੋਂ ਸਿੱਖ ਵਿੱਚ ਬੰਦੇ ਆ ਤੇ ਸਤਿਗੁਰੂ ਧੰਗੁਰ ਗੋਬਿੰਦ ਸਿੰਘ ਜੀ ਪਾਤਸ਼ਾਹ ਬਾਰੇ ਗੱਲਾਂ ਕਰਦੇ ਸਤਿਗੁਰੂ ਜੀ ਦੀਆਂ ਬਾਤਾਂ ਪੈਂਦੀਆਂ ਜਦੋਂ ਬਜਤਾ ਪੈਂਦੀਆਂ ਇਹਦੇ ਕੰਨਾਂ ਨੂੰ ਬੜਾ ਚੰਗਾ ਲੱਗਦਾ ਹੈ ਇੱਕ ਨਵੀਂ ਸਵੇਰ ਹੋਈ ਆਕੇ 베ੜੀ ਚਲਾਉਣੀ ਸ਼ੁਰੂ ਕੀਤੀ ਸਿੱਖ ਵਿੱਚ ਬੈਠੇ ਸਿੱਖ ਨੇ ਸਤਿਗੁਰੂ ਜੀ ਦੀਆਂ ਬਾਤਾਂ ਪਾਈਆਂ ਦੂਜੇ ਸਿੱਖ ਨੇ ਸ਼ਬਦ ਕੋਰੂ ਸ਼ੁਰੂ ਕਰ ਲਿਆ ਸ਼ਬਦ ਪੜਦਿਆਂ ਪੜਦਿਆਂ ਪੰਕਤੀ ਆਈ ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬਗਲ ਲਾਵੇਂਗੇ ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬਗਲ ਲਾਵੇਂਗੇ ਪੰਕਤੀਆਂ ਬੜੀਆਂ ਚੰਗੀਆਂ ਲੱਗੀਆਂ ਜਦੋਂ ਦੂਜੇ ਕਿਨਾਰੇ ਤੇ ਆਕੇ ਸਿੱਖਾਂ ਨੂੰ ਉਤਾਰਿਆ ਇਹਨੇ ਹੱਥ ਜੋੜ ਕੇ ਸਿੱਖ ਨੂੰ ਬੇਨਤੀ ਕੀਤੀ ਕਹਿਣ ਲੱਗੇ ਤੁਸੀਂ ਜਿਹੜੀ ਪੰਕਤੀ ਗਾਇਨ ਕੀਤੀ ਜਿਹੜਾ ਸ਼ਬਦ ਗਾਇਨ ਕੀਤਾ ਇਹ ਪੰਕਤੀ ਦੇ ਮੈਨੂੰ ਅਰਥ ਦੱਸੋ ਉਸ ਸਿੱਖ ਕਹਿਣ ਲੱਗਾ ਵੀ ਜਿਨਨੇ ਵੀ ਇੱਕ ਮਨ ਇੱਕ ਚਿੱਤ ਹੋ ਕੇ ਸਤਿਗੁਰੂ ਜੀ ਨੂੰ ਧਿਆਣਾ ਕੀਤਾ ਉਸ ਅਕਾਲ ਪੁਰਖ ਦੀ ਅਰਦਾਸਨਾ ਕੀਤੀ ਤੇ ਸਤਿਗੁਰੂ ਜ਼ਰੂਰ ਉਹਨੂੰ ਦਰਸ਼ਨ ਦਿੰਦੇ ਨੇ ਜ਼ਰੂਰ ਸਤਿਗੁਰੂ ਉਹਨਾਂ ਦੀਆਂ ਝੋਲੀਆਂ ਭਰਦੇ ਨੇ ਜਦੋਂ ਇਹਨੇ ਇਹ ਗੱਲ ਸੁਣੀ ਘਰ ਵਿੱਚ ਬੜੀ ਗਰੀਬੀ ਸੀ ਇਹਨੂੰ ਇਉਂ ਲੱਗਾ ਵੀ ਮੈਂ ਵੀ ਪੰਕਤੀ ਗਾਇਨ ਕਰਾਂ ਤੇ ਸਤਿਗੁਰੂ ਜੀ ਮੈਨੂੰ ਵੀ ਦਰਸ਼ਨ ਦੇਣ ਮੇਰੀਆਂ ਵੀ ਝੋਲੀਆਂ ਭਰੀਆਂ ਜਾਣ ਮੇਰੇ ਵੀ ਦੁੱਖ ਦਲੇਦਰ ਕਲੇਸ਼ ਦੂਰ ਹੋ ਜਾਣ ਇਹ ਆਪਣੇ ਘਰ ਗਿਆ ਜਿਹੜੇ ਮੰਝੇ ਤੇ ਸੌਂਦਾ ਸੀ ਅੱਜ ਸੁੱਤਾ ਨਹੀਂ ਸਾਰੀ ਰਾਤ ਇਹਨੇ ਪੰਕਤੀ ਦੜਾਈ ਹੋਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗਲ ਲਾਵੈਗੇ ਹੋਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗਲ ਲਾਵੈਗੇ ਸਵੇਰ ਹੋਈ ਜਿਹੜੇ ਸਮੇ ਇਹ ਉੱਠਦਾ ਸੀ ਇਹਦੀ ਅੱਖ ਲੱਗ ਗਈ ਘਰਵਾਲੀ ਨੇ ਆ ਕੇ ਉਠਾਇਆ ਕਹਿਣ ਲੱਗੀ ਵੀ ਅੱਜ ਤੁਸੀਂ ਘਰ ਤੇ ਨਹੀਂ ਜਾਣਾ ਸ਼ਾਮ ਨੂੰ ਪ੍ਰਸ਼ਾਦਾ ਕਿਦਾਂ ਪੱਕੇਗਾ ਇਸ਼ੇਤੀ-ਸ਼ੇਤੀ ਖੜਾ ਹੋਇਆ ਜਾ ਕੇ ਜਦੋਂ ਕਿਨਾਰੇ ਤੇ ਪਹੁੰਚਿਆ ਅੱਜ ਇਹਦੇ ਮਿੱਤਰ ਇਸ ਤੋਂ ਪਹਿਲਾਂ ਕਿਨਾਰੇ ਤੇ ਪਹੁੰਚੇ ਨੇ ਜਦੋਂ ਇਹ ਜਾ ਕੇ ਮਿੱਤਰਾਂ ਨੂੰ ਮਿਲਿਆ ਇੱਕ ਕਹਿਣ ਲੱਗਾ ਵੀ ਸਦਿਆ ਕੀ ਹੋਇਆ ਅੱਜ ਤੂੰ ਸਾਡੇ ਤੋਂ ਵੀ ਲੇਟ ਹੋ ਗਿਆ ਤੇਰੀਆਂ ਅੱਖਾਂ ਦੱਸ ਰਹੀਆਂ ਨੇ ਵੀ ਤੂੰ ਪੂਰੀ ਰਾਤ ਸੁੱਤਾ ਨਹੀਂ ਵੀ ਘਰ ਅੰਦਰ ਸੁੱਖ ਹੈ ਘਰ ਅੰਦਰ ਸ਼ਾਂਤੀ ਹੈ ਕਹਿਣ ਲੱਗਾ ਕੱਲ ਕੁਝ ਸਿੱਖ ਮੇਰੀ ਬੇੜੀ ਵਿੱਚ ਬੈਠੇ ਸਨ ਇੱਕ ਨੇ ਪੰਕਤੀ ਦੜਾਉਣ ਨੂੰ ਸ਼ੁਰੂ ਕੀਤੀ ਮੈਨੂੰ ਪੰਕਤੀ ਚੰਗੀ ਲੱਗੀ ਮੈਂ ਅਰਥ ਪੁੱਛ ਲੈ ਮੈਨੂੰ ਅਰਥ ਚੰਗੇ ਲੱਗੇ ਵੀ ਮੈਨੂੰ ਇਉਂ ਲੱਗਦਾ ਹੈ ਵੀ ਸਤਿਗੁਰੂ ਜੀ ਮੈਨੂੰ ਜ਼ਰੂਰ ਦਰਸ਼ਨ ਦੇਣਗੇ ਮੈਂ ਸਾਰੀ ਰਾਤ ਪੰਕਤੀ ਦੜਾਉਂਦਾ ਰਿਹਾ ਜਦੋਂ ਮਿੱਤਰਾਂ ਨੇ ਇਹ ਗੱਲ ਸੁਣੀ ਤੇ ਸਾਰੇ ਹੱਸਣ ਲੱਗ ਪਏ ਕਹਿਣ ਲੱਗੇ ਸਦਿਆ ਵੀ ਤੈਨੂੰ ਲੱਗਦਾ ਹੈ ਵੀ ਸਤਿਗੁਰੂ ਜੀ ਤੈਨੂੰ ਜ਼ਰੂਰ ਦਰਸ਼ਨ ਦੇਣਗੇ ਆਪਣੇ ਪੈਰਾਂ ਵੱਲ ਛਾਤੀ ਮਾਰ ਕੇ ਦੇਖ ਪੈਰਾਂ ਵਿੱਚ ਜੋੜਾ ਕਿਦਨ ਦਾ ਪਾਇਆ ਹੈ ਆਪਣੇ ਕੱਪੜਿਆਂ ਵੱਲ ਛਾਤੀ ਮਾਰ ਕੇ ਦੇਖ ਸਦਿਆ ਲੋਕੀ ਕਪੜੇ ਕਪਾਉਂਦੇ ਨੇ ਲੋਕਾਂ ਦੇ ਕਪੜੇ ਫਟ ਜਾਂਦੇ ਆ ਫਟਿਆਂ ਉੱਤੇ ਟਾਕੀ ਲਾ ਲੈਂਦੇ ਆ ਸੈਦਿਆ ਤੇਰੇ ਕਪੜੇ ਇੰਨੇ ਪੁਰਾਣੇ ਤੂੰ ਟਾਕੀਆਂ ਉੱਤੇ ਟਾਕੀਆਂ ਲਾਈਆਂ ਨੇ ਜਦੋਂ ਸਾਰੇ ਮਿੱਤਰਾਂ ਨੇ ਮੁਖੋਲ ਅਡਾਣਾ ਸ਼ੁਰੂ ਕੀਤਾ ਤੇ ਇਹਦੇ ਮਨ ਅੰਦਰ ਵੀ ਇਉਂ ਆਇਆ ਵੀ ਮੇਰੇ ਮਿੱਤਰ ਤਾਂ ਸਹੀ ਕਹਿ ਰਹੇ ਨੇ ਇਹ ਆਪਣੀ ਬੇੜੀ ਲੈ ਕੇ ਦੂਜੇ ਕਿਨਾਰੇ ਵੱਲ ਆਇਆ ਹਜੇ ਬੇੜੀ ਵਿੱਚ ਸੋਚ ਹੀ ਰਿਹਾ ਸਾਹਮਣੇ ਆਵਾਜ਼ ਆਈ ਵੀ ਸੈਦਿਆ ਵਿੱਚ ਹੀ ਖਲੋਤਾ ਰਹੇਗਾ ਕਿ ਬਾਹਰ ਵੀ ਆਏਗਾ ਇਨੇ ਗੱਲ ਅਣ ਸੁਣੀ ਕਰ ਦਿੱਤੀ ਇਹਨੂੰ ਲੱਗਾ ਵੀ ਕੋਈ ਯਾਤਰੀ ਹੈ ਜਿਹਨੇ ਦੂਜੇ ਪਾਸੇ ਜਾਣਾ ਹੈ ਫੇਰ ਆਵਾਜ਼ ਆਈ ਸੈਦਿਆ ਵਿੱਚ ਹੀ ਖਲੋਤਾ ਰਹੇਗਾ ਕਿ ਬਾਅਦ ਵੀ ਆਏਗਾ ਨਜ਼ਰਾਂ ਚੁਕੀਆਂ ਤੇ ਸਾਹਮਣੇ ਧੰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਖਲੋਤੇ ਬੜਾ ਪ੍ਰਸੰਨ ਹੋਇਆ ਬੇੜੀ ਵਿੱਚੋਂ ਉਤਰਿਆ ਦੌੜ ਕੇ ਗਿਆ ਸਤਿਗੁਰੂ ਜੀ ਦੇ ਪੈਰਾਂ ਨੂੰ ਹੱਥ ਲਾਉਣ ਲੱਗਾ ਜਦੋਂ ਹੱਥ ਲਾਉਣ ਲੱਗਾ ਤੇ ਸਤਿਗੁਰੂ ਜੀ ਨੇ ਪੈਰ ਪਛਾਣ ਖਿੱਚ ਲਏ ਜਦੋਂ ਸਤਗੁਰੂ ਜੀ ਨੇ ਪੈਰ ਪੋਸ਼ਾ ਖਿੱਚੇ ਮਿੱਤਰਾਂ ਦੀ ਗੱਲ ਚੇਤੇ ਆ ਗਈ ਵੀ ਤੂੰ ਤਾਂ ਪੈਰਾਂ ਵਿੱਚ ਕਦੋਂ ਦਾ ਜੋੜਾ ਨਹੀਂ ਪਾਇਆ ਤੇਰੇ ਤਾਂ ਕੱਪੜੇ ਬੜੇ ਮੈਲੇ ਨੇ ਕੱਪੜੇ ਬੜੇ ਪੁਰਾਣੇ ਆ ਤੈਨੂੰ ਸਤਗੁਰੂ ਜੀ ਨੇ ਦਰਸ਼ਨ ਨਹੀਂ ਦੇਣੇ ਉਹ ਗੱਲ ਹੋਈ ਸਤਗੁਰੂ ਜੀ ਦੇ ਪੈਰਾਂ ਨੂੰ ਹੱਥ ਲਾ ਕੇ ਅਸ਼ੀਰਵਾਦ ਲੈਣ ਲੱਗਾ ਤੇ ਸਤਗੁਰੂ ਜੀ ਨੇ ਪੈਰ ਪੋਸ਼ਾ ਖਿੱਚ ਲਈ ਉੱਬਾ ਮਾਰ ਕੇ ਰੋਣ ਲੱਗਾ ਸਤਗੁਰੂ ਜੀ ਨੇ ਉ ਤਾਂ ਇਹਨੂੰ ਉਠਾਇਆ ਤੇ ਕਹਿਣ ਲੱਗੇ ਸਹਦਿਆ ਕੀ ਹੋਇਆ ਕਹਿਣ ਲੱਗਾ ਸਤਗੁਰੂ ਜੀ ਮੇਰੇ ਮਿੱਤਰ ਕਹਿੰਦੇ ਸੀ ਵੀ ਤੂੰ ਪੈਰਾਂ ਵਿੱਚ ਜੋੜਾ ਨਹੀਂ ਪਾਇਆ ਤੇਰੇ ਕੱਪੜੇ ਬੜੇ ਮੈਲੇ ਆ ਤੇਰੇ ਕੱਪੜੇ ਬੜੇ ਫਟੇ ਪੁਰਾਣੇ ਨੇ ਸਤਗੁਰੂ ਜੀ ਨੇ ਤੈਨੂੰ ਦਰਸ਼ਨ ਨਹੀਂ ਦੇਣੇ ਤੇ ਸਤਗੁਰੂ ਉਹੋ ਹੀ ਗੱਲ ਹੋਈ ਮੈਂ ਆਪ ਜੀ ਦੇ ਪੈਰਾਂ ਨੂੰ ਹੱਥ ਲਾ ਕੇ ਆਸ਼ੀਰਵਾਦ ਲੈਣ ਲੱਗਾ ਤੇ ਆਪ ਜੀ ਨੇ ਪੈਰ ਪਸ਼ਾ ਖਿੱਚ ਲਏ ਸਤਗੁਰੂ ਕਹਿਣ ਲੱਗੇ ਸੈਦਿਆ ਸਾਰੀ ਰਾਤ ਤੇਰੀ ਲੰਗੀ ਪੰਕਤੀ ਡਰਾਉਂਦੇ ਆ ਡਰਾਉਂਦੇ ਆ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗੱਲ ਲਾਵेंगे ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਵੈਂਗੇ ਸੈਦਿਆ ਤੇਰੇ ਮਨ ਅੰਦਰ ਚਾਸੀ ਮੈਨੂੰ ਕਲੇਜੇ ਨਾਲ ਲਾਉਣ ਦਾ ਮੇਰੇ ਪੈਰਾਂ ਨੂੰ ਹੱਥ ਕੋ ਲਾ ਰਿਆ ਆ ਮੇਰੇ ਕਲੇਜੇ ਨਾਲ ਲੱਗ ਜਾ ਸਤਗੁਰੂ ਜੀ ਨੇ ਸੈਦੇ ਨੂੰ ਕਲੇਜੇ ਨਾਲ ਲਾਇਆ ਹਰੇਕ ਪ੍ਰਕਾਰ ਦੀਆਂ ਬਖਸ਼ਿਸ਼ਾਂ ਦਿੱਤੀਆਂ ਕਹਿਣ ਲੱਗੇ ਸੈਦਿਆ ਭਾਵੇਂ ਲੱਖ ਲੋਕੀ ਕਹਿਣ ਵੀ ਤੇਰੇ ਕੱਪੜੇ ਪੁਰਾਣੇ ਨੇ ਤੂੰ ਪੈਰਾਂ ਵਿੱਚ ਜੋੜਾ ਨਹੀਂ ਪਾਇਆ ਤੇਰੇ ਕੱਪੜੇ ਬੜੇ ਮੈਲੇ ਆ ਭਾਵੇਂ ਤੇਰੇ ਕੱਪੜੇ ਮੈਲੇ ਹੋ ਸਕਦੇ ਨੇ ਪਰ ਸਿਆਦਿਆ ਤੇਰਾ ਮਨ ਬੜਾ ਸਾਫ ਹੈ ਤੇਰਾ ਮਨ ਬੜਾ ਨਿਰਮਲ ਹੈ ਤੇ ਸੰਗਤ ਜੀ ਜਿਨ੍ਹਾਂ ਦਾ ਮਨ ਸਾਫ ਹੈ ਮਨ ਨਿਰਮਲ ਹੈ ਹਰੇਕ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਝੋਲੀਆਂ ਪਰਦੇ ਨੇ ਹਰੇਕ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਦਰਸ਼ਨ ਦਿੰਦੇ ਨੇ ਐਸਾ ਨਾ ਹੋ ਜਾਏ ਵੀ ਕੇਵਲ ਦਰਸ਼ਨ ਕਰਕੇ ਕੰਨਾਂ ਦਾ ਕੰਨ ਰਸ ਕੀਰਤਨ ਸੁਣ ਕੇ ਕਥਾ ਸੁਣ ਕੇ ਵਾ ਵਾ ਕਰਕੇ ਜੇਕਾਰੇ ਛੱਡ ਕੇ ਘਰ ਨੂੰ ਚਲੇ ਜਾਈਏ ਨਹੀਂ ਕੋਈ ਐਸੀ ਗੱਲ ਪੱਲੇ ਨਾ ਬਨ ਕੇ ਲੈ ਕੇ ਜਾਈਏ ਵੀ ਸਾਡਾ ਜੀਵਨ ਉਜਲਾ ਹੋਏ ਹੋਰ ਜੀਵਨ ਵਿੱਚ ਰੋਸ਼ਨੀ ਆਏ ਸਾਡੇ ਦੁੱਖ ਦੂਰ ਹੋਣ ਝੋਲੀਆਂ ਦਾਤਾਂ ਦੇ ਨਾਲ ਭਰੀਆਂ ਜਾਏ ਸਤਿਗੁਰੂ ਜੀ ਪਾਸੋਂ ਇਹ ਅਰਦਾਸ ਕਰੀਏ ਸਤਿਗੁਰੂ ਸਾਡੇ ਦੁੱਖ ਦੂਰ ਕਰ ਆਪਣਾ ਨਾਮ ਦੇ ਤੇ ਸਾਡੀਆਂ ਝੋਲੀਆਂ ਪਰ ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਫੇਰ ਸਭਨਾ ਨੂੰ ਦਸਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ बोलਦੇ ਆ ਪਾਸੋਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਣਗੀਆਂ ਸਤਿਗੁਰੂ ਜੀ ਬਖਸ਼ਣ ਯੋਗ ਨੇ ਬੇਅੰਤ ਬੇਅੰਤ ਧੰਵਾਦ ਧੰਤਨ ਸਾਹਿਬ ਸ੍ਰੀ ਗੁਰੂ ਹਰਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਸ ਗੁਰਦੁਆਰੇ ਦੇ ਪ੍ਰਬੰਧਕ ਸਹਿਬਾਨ ਦਾ ਭਾਈ ਦਲਵਿੰਦਰ ਸਿੰਘ ਜੀ ਦਾ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ